ਮਾਝੀ ਗਰਾਊਂਡ 'ਚ ਆਇਆ ਜੋ ਸਾਡੇ ਅੰਗਰੇਜ਼ ਸਿੰਘ ਜੀ ਬਿੱਲਾ ਕਮੇਟੀ ਪ੍ਰਧਾਨ, ਦੋਹੋਂ ਟੀਮਾਂ ਦਾ ਜੋ ਮੁਕਾਬਲਾ ਹੈ ਡਗਰੂ ਤੇ ਡੇਮਰੂ ਦਾ, ਕਬੱਡੀ 70 ਦੀਆਂ ਟੀਮਾਂ ਵੀ ਤਿਆਰੀ ਖਿੱਚ ਕੇ ਲਾ ਕੇ ਪੁੱਜਣ ਇਸ ਚੱਲਦੇ ਮੈਚ ਦੇ ਵਿੱਚ। ਰਸੂਲਪੁਰ ਤੇ ਖੁਖਰਾਣਾ ਦੇ ਦੋਹੋਂ ਟੀਮਾਂ ਦਾ ਫਾਈਨਲ ਮੈਚ ਹੋਵੇਗਾ, ਲੰਡੇਕੇ ਤੇ ਵਕੀਲਾਂ ਵਾਲਾ, ਇਹ ਵੀ ਟੀਮਾਂ ਤਿਆਰੀ ਖਿੱਚ ਲੈਣ ਲੰਡੇਕੇ ਤੇ ਵਕੀਲਾਂ ਵਾਲਾ। ਡਗਰੂ ਦੀ ਜਿਹੜੀ ਟੀਮ ਹੈ ਉਹ ਚਲੀ ਗਈ ਆ ਸਕੂਲ ਵਾਲੀ ਸਾਈਡ, ਤੇ ਦੂਸਰੇ ਪਾਸੇ ਟੀਮ ਹੋਵੇਗੀ ਡੇਮਰੂ ਦੀ। ਦੋਹੋਂ ਟੀਮਾਂ ਦਾ ਮੈਚ ਖੇਡ ਮੈਦਾਨ ਦੇ ਵਿੱਚ ਜੋ ਖੇਡਿਆ ਜਾਣਾ। ਅਗਲਾ ਮੈਚ ਕਬੱਡੀ 70 ਕਿਲੋ ਦਾ ਜੋ ਫਾਈਨਲ ਮੈਚ ਹੋਵੇਗਾ, ਟੀਮਾਂ ਤਿਆਰੀ ਖਿੱਚ ਕੇ ਗਰਾਊਂਡ ਤੇ ਲਾ ਕੇ ਪੁੱਜਣ, ਕਬੱਡੀ 70 ਦੀਆਂ ਵੀ ਦੋਹੋਂ ਟੀਮਾਂ। ਚੱਲ ਵੀ ਜਗਦੀਪ ਸਿੰਘ ਪਾ ਕਬੱਡੀ ਲਾਓ, ਪਹਿਲੀ ਕਬੱਡੀ ਡੇਮਰੂ ਦੀ ਟੀਮ ਵੱਲੋਂ ਨੌਜਵਾਨ ਜਗਦੀਪ ਕਬੱਡੀ ਪਾ ਰਹੀ ਹੈ। ਚਾਰ ਜਾਫੀ ਦੇਖਦੇ ਵੀ ਡਗਰੂ ਦੀ ਧਰਤੀ ਤੇ, ਇਤਿਹਾਸਕ ਧਰਤੀ, ਗੱਭਰੂ ਦੇਸ਼ ਮੇਰੇ ਦੇ ਸੋਹਣੇ ਚੌੜੀਆਂ ਹਿੱਕਾਂ ਤੇ ਮਨਮੋਹਣੇ ਖੇਡਣ ਜਦੋਂ ਵਿੱਚ ਮੈਦਾਨਾਂ ਦੇ, ਆ ਦੇਖਣ ਵਾਲੇ ਹੁੰਦੇ ਦੋਸਤੋ ਯੌਰ ਜਵਾਨਾਂ ਦੇ। ਪਹਿਲੀ ਕਬੱਡੀ ਤੇ ਮੁਕਾਬਲਾ ਦੋਹੋਂ ਖਿਡਾਰੀਆਂ ਦਾ ਖੇਡ ਮੈਦਾਨ ਦੇ ਵਿੱਚ ਲੱਗਿਆ ਹੈ ਜ਼ੋਰ ਪੂਰਾ, ਦੇਖਦੇ ਵੀ ਸਮਾਂ ਹੋਵੇਗਾ ਇਹ ਪੁਆਇੰਟ। ਵਾਓ ਗੱਭਰੂਆ, ਇਸ ਵਕਤ ਮੁਕਾਬਲਾ ਦੋਹੋਂ ਟੀਮਾਂ ਦਾ ਤੇ ਪੁਆਇੰਟ ਹਿੱਸੇ ਜੁੜ ਚੁੱਕਿਆ ਹੈ, ਪੁਆਇੰਟ ਡਗਰੂ ਦੀ ਟੀਮ ਦਾ। ਚੱਲ ਵੀ ਡਗਰੂ ਵਾਲਿਆ ਪਾ ਕਬੱਡੀ, ਲਓ ਡਗਰੂ ਦੀ ਟੀਮ ਦਾ ਨੌਜਵਾਨ ਗੱਗੂ ਦੌਦਰ ਪਿੰਡ ਦਾ, ਦੇਖਦੇ ਵੀ ਕਬੱਡੀ ਖਿਡਾਰੀਆਂ ਦੀ ਧਰਤੀ ਹੈ ਮਸ਼ਹੂਰ ਨਗਰ। ਨੌਜਵਾਨ ਸਾਹਮਣੇ ਦੌਦਰ ਪਿੰਡ ਦਾ ਗੱਗੂ ਡਗਰੂ ਦੇ ਲਈ ਕਬੱਡੀ ਪਾ ਰਿਹਾ ਹੈ। ਚਾਰ ਜਾਫੀ ਖੇਡਾਂ ਵਿੱਚੋਂ ਖੇਡ ਵੱਡੀ, ਜਿਹਨੂੰ ਆਖਦੇ ਕਬੱਡੀ ਅੱਜ ਖੇਡੀ ਜਾਂਦੀ ਲਾ ਕੇ ਪੂਰੀ ਜਾਨ ਮਿੱਤਰੋ। ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ, ਪੁਆਇੰਟ ਡਗਰੂ ਦੇ ਹਿੱਸੇ ਜੁੜ ਚੁੱਕਿਆ ਹੈ। ਚੱਲ ਵੀ ਗੱਭਰੂਆ ਪਾ ਕਬੱਡੀ, ਡੇਮਰੂ ਤੇ ਡਗਰੂ ਦਾ ਜੋ ਮੈਚ ਦੋਹੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ। ਖੁਖਰਾਣਾ ਤੇ ਰਸੂਲਪੁਰ ਟੀਮਾਂ ਤਿਆਰੀਆਂ ਖਿੱਚ ਲਓ ਅਗਲੇ ਮੈਚ ਲਈ। ਖੁਖਰਾਣਾ ਤੇ ਰਸੂਲਪੁਰ ਕਬੱਡੀ 70 ਦਾ ਜੋ ਫਾਈਨਲ ਮੈਚ ਹੋਵੇਗਾ, ਵਕੀਲਾਂ ਵਾਲਾ ਤੇ ਲੰਡੇਕੇ, ਇਹ ਵੀ ਟੀਮਾਂ ਤਿਆਰੀ ਖਿੱਚ ਲੈਣ। ਕੁਲਜੀਤ ਡਗਰੂ ਦੀ ਟੀਮ ਤੋਂ ਨੌਜਵਾਨ ਖਿਡਾਰੀ ਸਾਹਮਣੇ ਕਬੱਡੀ ਕਬੱਡੀ ਕਰਦਾ ਹੋਇਆ, ਖੇਡ ਕਬੱਡੀ ਫੁਰਤੀ ਦੀ ਕੰਮ ਪਿੰਡਾਂ ਝੋਟੇ ਦਾ, ਕੀ ਦਾਰੇ ਦੀ ਕੁਸ਼ਤੀ ਪੱਕਾ ਸਾਧ ਲੰਗੋਟੇ ਦਾ, ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਬਿਮਾਰਾਂ ਦਾ, ਮੇਲੀ ਬਣ ਕੇ ਦੇਖ ਮੇਲੀ ਜਾਂ ਮੇਲਾ ਯਾਰਾਂ ਦਾ। ਲਓ ਡੇਮਰੂ ਦਾ ਜਾਫੀ ਤੇ ਦੂਸਰੇ ਪਾਸੇ ਡਗਰੂ ਦਾ ਕੁਲਜੀਤ ਕਬੱਡੀ ਪਾ ਰਿਹਾ। ਵਾਹ ਗੱਭਰੂਆ, ਤੇ ਮੁਕਾਬਲਾ ਦੋਹੋਂ ਖਿਡਾਰੀਆਂ ਦੇ ਦਰਮਿਆਨ। ਡਗਰੂ ਸਰਪੰਚ ਸੁਖਜਿੰਦਰ ਸਿੰਘ ਦਾ ਪਿੰਡ ਹੈ, ਜਿਹਨੇ ਸੰਤ ਬਾਬਾ ਨਛੱਤਰ ਸਿੰਘ ਜੀ ਗੁਰਦੁਆਰਾ ਚੰਦ ਪੁਰਾਣੇ ਦੀਆਂ ਸਰਪੰਚਾਂ ਦੀਆਂ ਵਿੱਚੋਂ ਜੇਤੂ ਰਿਹਾ ਸਰਪੰਚ, ਜਿਹਨੇ ਨੁਕਰਾ ਘੋੜਾ ਜਿੱਤਿਆ ਉਸੇ ਪਿੰਡ ਦੀ ਟੀਮ। ਲਓ ਜਗਦੀਪ ਡਰੋਲੀ ਭਾਈ ਦਾ ਸਾਹਮਣੇ ਮੇਰੇ ਵੀਰੋ, ਦੇਖਦੇ ਵੀ ਡੇਮਰੂ ਦੇ ਲਈ ਕਬੱਡੀ ਪਾ ਰਿਹਾ। ਚਾਰ ਜਾਫੀ ਦੇਖਦੇ ਵੀ ਇਸ ਵਕਤ ਡੱਕਣ ਦੀ ਪੂਰੀ ਕੋਸ਼ਿਸ਼ ਕੀਤੀ ਹੋਈ ਸਾਡੇ ਅਜੈਬ ਸਿੰਘ ਜੀ ਸਰਪੰਚ ਸਾਹਿਬ, ਜਿਹਨਾਂ ਨੇ ਅਗਲੇ ਵਰੇ 55,000 ਰੁਪਈਆ ਪਹਿਲਾ ਪ੍ਰਾਈਜ਼ ਦਿੱਤਾ ਜਾਣਾ ਓਪਨ ਟੀਮਾਂ ਦਾ। ਨਾਲ ਗੁਰਤੇਜ ਸਿੰਘ ਜੀ ਸਾਡਾ ਕਬੱਡੀ ਖਿਡਾਰੀ ਵੀਰ, ਇਹਨਾਂ ਦੋਹਾਂ ਵੱਲੋਂ 51,000 ਰੁਪਈਏ ਦੀ ਅਗਲੇ ਵਰ ਦੀਆਂ ਜੋ ਗੱਲਾਂ ਹੋਣਗੀਆਂ। ਅਗਲੇ ਮੈਚ ਲਈ ਖੁਖਰਾਣਾ ਤੇ ਰਸੂਲਪੁਰ ਟੀਮਾਂ ਤਿਆਰੀ ਖਿੱਚ ਕੇ ਗਰਾਊਂਡ ਤੇ ਲਾ ਕੇ ਆ ਜਾਣ। ਕਬੱਡੀ 70 ਕਿਲੋ ਦਾ ਜੋ ਫਾਈਨਲ ਮੈਚ ਖੇਡਿਆ ਜਾਣਾ ਹੈ, ਲਓ ਸਾਹਮਣੇ ਫਿਰ ਦੇਖਦੇ ਵੀ ਨੌਜਵਾਨ ਭਰੀ ਹੋਈ ਖੁੱਚ, ਖੁੱਚ ਪੱਟਣੀ ਤੇ ਬੜੀ ਔਖੀ ਹੁੰਦੀ ਹੈ ਕਬੱਡੀ ਵਿੱਚ ਲਾਉਣੀ। ਧਾਕ ਮਿੱਤਰੋ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਨੇ ਖਾ ਕੇ ਖੁਰਾਕ ਮਿੱਤਰੋ। ਔਰ ਪੁਆਇੰਟ ਇਸ ਵਕਤ ਕੌਰ ਸਿੰਘ ਜੀ ਮਚਾਕੀ ਵਾਲੇ ਫੈਸਲਾ ਜੋ ਜਾਫੀ ਦੇ ਹਿੱਸੇ ਹੋ ਚੁੱਕਿਆ ਹੈ। ਚੱਲ ਵੀ ਗੱਭਰੂਆ ਪਾ ਕਬੱਡੀ, ਦੇਖਦੇ ਵੀ ਖੇਡਾਂ ਵਿੱਚੋਂ ਖੇਡ ਕਬੱਡੀ ਸ਼ਾਨ ਪੰਜਾਬੀਆਂ ਦੀ, ਇਸੇ ਵਿੱਚ ਹੀ ਵਸਦੀ ਲੋਕੋ ਜਾਨ ਪੰਜਾਬੀਆਂ ਦੀ, ਵਿੱਚ ਮੈਦਾਨ ਤੇ ਭਿੜਨਾ ਹੁੰਦਾ ਕੰਮ ਦਲੇਰਾਂ ਦਾ, ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ। ਡਗਰੂ ਦੀ ਟੀਮ ਦੇ ਚਾਰ ਜਾਫੀ, ਲਓ ਦੇਖਦੇ ਵੀ ਸਾਹਮਣੇ ਡੇਮਰੂ ਵੱਲੋਂ ਨੌਜਵਾਨ ਕਬੱਡੀ ਪਾ ਰਿਹਾ ਹੈ, ਤੇ ਇਸ ਵਕਤ ਦੂਸਰੇ ਬੰਨੇ ਮੁਕਾਬਲਾ ਜਾਫੀ ਦੇ ਨਾਲ ਤੇ ਪੁਆਇੰਟ ਰੇਡਰ ਦੇ ਹਿੱਸੇ ਜੁੜ ਚੁੱਕਿਆ ਹੈ। ਪੁੱਜੇ ਹੋਏ ਸਾਰੇ ਦਰਸ਼ਕ ਵੀਰਾਂ ਦਾ ਟੂਰਨਾਮੈਂਟ ਕਮੇਟੀ ਵੱਲੋਂ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਪੋਰਟਸ ਕਲੱਬ ਗ੍ਰਾਮ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ। ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇ ਵਾਲੇ ਠੀਕ 4:30 ਵਜੇ ਪੁੱਜਣਗੇ ਇਹਨਾਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਨ ਦੇ ਲਈ। ਸਾਡੇ ਜਿਹੜੀਆਂ ਮਾਨਯੋਗ ਸ਼ਖਸੀਅਤਾਂ ਜਿਹਨਾਂ ਦਾ ਸਨਮਾਨ ਕੀਤਾ ਜਾਣਾ ਹੈ। ਤਾਂ ਸਾਹਮਣੇ ਫਿਰ ਮੁਕਾਬਲਾ, ਕਿੱਥੇ ਆ ਕੇ ਕਰਮਾਂ ਨੇ ਦਿੱਤੀ ਹਾਰ ਵੇ, ਕਰਿਆ ਚ ਨਾਚੋ ਮੈਨੂੰ ਲਾ ਦੇ ਪਾਰ ਵੇ। ਇਸ ਵਕਤ ਮੁਕਾਬਲਾ ਦੋਹੋਂ
ਖਿਡਾਰੀਆਂ ਦਾ ਤੇ ਪੁਆਇੰਟ ਰੇਟਰ ਦੇ ਹਿੱਸੇ ਜੁੜ ਚੁੱਕੇ ਆ। ਚੱਲ ਵੀ ਗੱਭਰੂਆ ਪੱਕ ਕਬੱਡੀ ਦੋਹੋ ਟੀਮਾਂ ਦਾ ਚੋਟੀ ਦਾ ਮੈਚ ਰਸੂਲਪੁਰ ਤੇ ਖੁਖਰਾਣਾ, ਇਹ ਟੀਮਾਂ ਤਿਆਰੀਆਂ ਕਿਤ ਲੈਣ। ਬਹੁਤ ਬਹੁਤ ਧੰਨਵਾਦ ਸਰਪੰਚ ਬਲਵਿੰਦਰ ਸਿੰਘ ਜੀ ਜਿਨ੍ਹਾਂ ਨੇ ਓਪਨ ਦਾ ਫਸਟ ਪ੍ਰਾਈਜ 35,000 ਦਿੱਤਾ ਜਾਣਾ ਹੈ ਔਰ 25,000 ਰੁਪਇਆ ਨੰਬਰਦਾਰ ਪਰਿਵਾਰ ਵੱਲੋਂ, ਸਤਿਕਾਰਯੋਗ ਬਾਬਾ ਜੀ ਬਾਬਾ ਪਾਲਾ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਔਰ ਸਰਦਾਰ ਕਰਨੈਲ ਸਿੰਘ ਜੀ ਇਹਨਾਂ ਦੀ ਵੱਡੀ ਦੇਣ 14,000 ਰੁਪਈਏ ਔਰ 17,000 ਸਾਡੇ ਵੀਰ ਗੁਰਤੇਜ ਸਿੰਘ ਜੀ ਕਬੱਡੀ ਖਿਡਾਰੀ, ਸਾਰੇ ਵੀਰਾਂ ਦਾ ਵੱਡਾ ਧੰਨਵਾਦ ਹੈ। ਕੁਲਜੀਤ ਡਗਰੂ ਦੀ ਟੀਮ ਦਾ ਸਾਹਮਣੇ ਕਬੱਡੀ ਪਾ ਰਿਹਾ, ਦੇਖਦੇ ਵੀ ਚਾਰ ਜਾਫੀ ਹੈ ਉਧਰਲੇ ਬੰਨੇ ਡੇਮਰੂ ਪਿੰਡ ਦੇ, ਨੌਜਵਾਨ ਕਿਹੜਾ ਡੱਕ ਕੇ ਦਿਖਾਵੇਗਾ। ਚੜ ਜਾਂਦਾ ਪੰਜਾਬੀਆਂ ਨੂੰ ਚਾਹ ਕਬੱਡੀ ਦੇਖ ਕੇ, ਜਦ ਵੀ ਕੋਈ ਧਾਵੀ ਪਾਉਂਦਾ ਰੇਡ ਮੱਥਾ ਟੇਕ ਕੇ ਅੱਗੋਂ ਵਧੀਆ ਕੋਈ ਲੱਗ ਜਾਵੇ ਜੱਫਾ ਤਾਂ ਦਰਸ਼ਕ ਪੈਣ ਨੱਚ ਮਿੱਤਰੋ। ਕਬੱਡੀ ਖੇਡ ਹੈ ਪੰਜਾਬੀਆਂ ਦੀ ਮਾਂ, ਇਹ ਗੱਲ 16 ਆਨੇ ਸੱਚ ਮਿੱਤਰੋ, ਕਬੱਡੀ ਖੇਡ ਹੈ ਪੰਜਾਬੀਆਂ ਦੀ ਮਾਂ। ਹਾਂਜੀ ਮਾਸਟਰ ਜੀ। ਹਾਂਜੀ ਗੁਰਜੰਟ ਸਿੰਘ ਨੂੰ ਬੇਨਤੀ ਆ ਵੀ ਉਹ ਜਿਹੜੀ ਲਕੀਰ ਆ ਉਹਦੇ ਉੱਤੇ ਛੋਟੀ ਮੋਟੀ ਕਲੀ ਪਾਵੇ ਜੀ। ਕਬੱਡੀ 70 ਕਿਲੋ ਦੀਆਂ ਫਾਈਨਲ ਦੀਆਂ ਦੋਹੋ ਟੀਮਾਂ ਖੁਖਰਾਣਾ ਤੇ ਰਸੂਲਪੁਰ, ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਦੇ ਵਿੱਚ ਪੁੱਜਣ। ਸਾਡੇ ਨਗਰ ਦੇ ਜੋ ਪੁਰਾਣੇ ਖਿਡਾਰੀ ਉਹਨਾਂ ਦਾ ਵੀ ਸਨਮਾਨ ਹੋਵੇਗਾ। ਗੁਰਤੇਜ ਸਿੰਘ ਜੀ, ਅੰਗਰੇਜ਼ ਬਿੱਲਾ ਜੀ ਪਿੰਦੇ ਵਰਗੇ ਸਾਡੇ ਬੜੇ ਸਤਿਕਾਰਯੋਗ ਵੀਰ ਨੇ, ਇਸ ਨਗਰ ਦਾ ਮਾਣ ਰਹੇ ਨੇ ਜਿਨ੍ਹਾਂ ਨੇ ਜਵਾਨੀ ਦੇ ਵਿੱਚ ਕਬੱਡੀ ਖੇਡੀ ਆ। ਅੱਜ ਕਬੱਡੀ ਦੇ ਨਾਲ ਡਾਢਾ ਮੋਹ ਅੰਤਨ ਦਾ ਪਿਆਰ, ਗੁੱਗੂ ਮੇਰੀ ਕਬੱਡੀ ਪਾਉਂਦਾ ਹੋਇਆ ਚਾਰ ਜਾਫੀ ਸਾਹਮਣੇ ਲੋਹੇ ਵਰਗੇ ਪੱਟਾਂ ਉੱਤੇ ਮਾਰਗ ਪੋਲੀ ਥਾਪੀ, ਇੱਕ ਪਾਸੇ ਆ ਧਾਵੀ ਕੱਲਾ ਦੂਜੇ ਪਾਸੇ ਚਾਰੇ ਜਾਫੀ, ਪਤਾ ਲੱਗਦਾ ਵਿੱਚ ਮੈਦਾਨੇ ਜਦੋਂ ਹੱਥ ਜੁੜਦੇ ਨਾਲ ਬਗਾਨੇ ਯਾਰ ਖੁਰਾਕਾਂ ਖਾਧੀਆਂ ਦੇ। ਲਓ ਸਾਹਮਣੇ ਕੋਸ਼ਿਸ਼ ਕੀਤੀ ਨੌਜਵਾਨ ਨੇ ਡੱਕਣ ਦੀ, ਐਸਾ ਤਾਂ ਮੁਕਾਬਲਾ ਦੋਹੋਂ ਖਿਡਾਰੀਆਂ ਦਾ ਤੇ ਪੁਆਇੰਟ ਡਗਰੂ ਦੇ ਹਿੱਸੇ ਜੁੜ ਚੁੱਕਿਆ ਹੈ। 70 ਦੀਆਂ ਟੀਮਾਂ ਤਿਆਰੀ ਖਿੱਚ ਕੇ ਗਰਾਊਂਡ ਚ ਆ ਜਾਣ, ਖੁਖਰਾਣਾ ਤੇ ਰਸੂਲਪੁਰ ਦੋਹੋਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਚ ਪੁੱਜਣ। ਵਕੀਲਾਂ ਵਾਲਾ ਤੇ ਲੰਡੇ ਕੇ ਇਹ ਵੀ ਟੀਮਾਂ ਆਪਣੀਆਂ ਗੱਡੀਆਂ ਕੋਲ ਤਿਆਰੀ ਖਿੱਚ ਲਓ। ਲਓ ਪੁਆਇੰਟ ਜਿਹੜਾ ਇਹ ਡੇਬਰੂ ਦੀ ਟੀਮ ਦੇ ਹਿੱਸੇ ਜੁੜ ਚੁੱਕਿਆ ਹੈ ਪੁਆਇੰਟ ਲੀਡਰ ਦੇ। ਚੱਲ ਵੀ ਕੁਲਜੀਤ ਸਿੰਘ ਪੱਕ ਕਬੱਡੀ ਡਗਰੂ ਤੇ ਡੇਮਰੂ, ਵਕੀਲਾਂ ਵਾਲਾ ਤੇ ਲੰਡੇ ਕੇ ਇਹ ਟੀਮਾਂ ਤਿਆਰੀਆਂ ਖਿੱਚ ਲੈਣ। ਕੁਲਜੀਤ ਡਗਰੂ ਦੀ ਟੀਮ ਦਾ ਲਓ ਸਾਹਮਣੇ ਕਬੱਡੀ ਪਾ ਰਿਹਾ, ਫੁੱਲਾਂ ਉੱਤੇ ਪੌਰੇ ਨੱਚਣ ਬੱਦਲ ਵਿੱਚ ਅਸਮਾਨਾ, ਕੁੜੀਆਂ ਇਕੱਠੀਆਂ ਹੁਣ ਤਰਿੰਜਣਾ ਗੱਭਰੂ ਵਿੱਚ ਮੈਦਾਨਾ, ਮੁਕਾਬਲਾ ਲਓ ਲੱਗਿਆ ਹੋਇਆ ਅੱਡੀ ਚੋਟੀ ਵਾਲਾ ਜ਼ੋਰ ਦੋਹੋਂ ਖਿਡਾਰੀਆਂ ਦਾ ਤੇ ਪੁਆਇੰਟ ਰੇਡਰ ਦੇ ਹਿੱਸੇ ਜੁੜ ਚੁੱਕਿਆ ਹੈ। ਚੁੱਟੀ ਦਾ ਮੈਚ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ, ਅੱਜ ਮਾਲਵੇ ਦਾ ਮਸ਼ਹੂਰ ਪਿੰਡ ਖੁਖਰਾਣਾ ਮੇਰੇ ਵੀਰਿਓ, ਜਿੱਥੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਚਰਚੇ। ਲਓ ਸਾਹਮਣੇ ਫਿਰ ਡੇਮਰੂ ਦੀ ਟੀਮ ਦਾ ਧਾਵੀ, ਚਾਰ ਜਾਫੀ ਡਗਰੂ ਪਿੰਡ ਦੇ ਮੋਗੇ ਜ਼ਿਲ੍ਹੇ ਦਾ ਮਸ਼ਹੂਰ ਪਿੰਡ ਹੈ ਜਿੱਥੇ ਸੱਤਵੇਂ ਪਾਤਸ਼ਾਹ ਜੀ ਦੀ ਇਤਿਹਾਸਕ ਧਰਤੀ ਹੈ। ਦੇਖਦੇ ਵੀ ਚਾਰ ਜਾਫੀਆਂ ਦੇ ਵਿੱਚੋਂ ਕਿਹੜਾ ਨੌਜਵਾਨ ਡੱਕ ਕੇ ਦਿਖਾਵੇਗਾ। ਡਗਰੂ ਦੀ ਟੀਮ ਦੇ ਚਾਰ ਜਾਫੀ ਬਿਲਕੁਲ ਤਿਆਰ ਤੇ ਇਸ ਵਕਤ ਡੱਕਣ ਦੀ ਕੋਸ਼ਿਸ਼ ਕੀਤੀ ਹੋਈ ਹੈ ਨੌਜਵਾਨ ਜਾਫੀ ਨੇ ਤੇ ਮੁਕਾਬਲਾ ਦੋਹੋਂ ਖਿਡਾਰੀਆਂ ਦੇ ਦਰਮਿਆਨ। ਵਾਹ ਗੱਭਰੂਆ ਲੱਗਿਆ ਹੈ ਜ਼ੋਰ, ਆ ਗਏ ਨੇ ਮੈਦਾਨ ਵਿੱਚ ਖਿੱਚ ਕੇ ਤਿਆਰੀਆਂ, ਮਿਹਨਤਾਂ ਦੇ ਨਾਲ ਕਿਵੇਂ ਪਾਉਣੀਆਂ ਸ਼ਿੰਗਾਰੀਆਂ, ਲੱਗੂਗਾ ਮੈਦਾਨ ਵਿੱਚ ਜ਼ੋਰ ਚੋਟੀ ਅੱਡੀ ਦਾ, ਉਹ ਕੌਡੀ ਤੋਂ ਹੀਰਾ ਬਣ ਜਾਵੇ ਜਿਹਨੂੰ ਲੱਗ ਜੇ ਇਸ਼ਕ ਕਬੱਡੀ ਦਾ, ਉਹ ਕੌਡੀ ਤੋਂ ਹੀਰਾ ਬਣ ਜਾਵੇ ਜਿਹਨੂੰ ਲੱਗ ਜੇ ਇਸ਼ਕ ਕਬੱਡੀ ਦਾ। ਲਾ ਚੋਟੀ ਦੇ ਪਲੇਅਰ ਦੋਹੋਂ ਟੀਮਾਂ ਦੇ, ਡਗਰੂ ਦੀ ਟੀਮ ਵੱਲੋਂ ਨੌਜਵਾਨ ਗੁੱਗੂ ਸਾਹਮਣੇ ਅਗਲੇਰੀ ਕਬੱਡੀ ਪਾ ਰਿਹਾ ਹੈ। ਦੂਸਰੇ ਬੰਨੇ ਚਾਰ ਜਾਫੀ ਤੇ ਭਰੀ ਹੋਈ ਖੁੱਚ, ਦੇਖਦੇ ਵੀ ਬੜੇ ਵਧੀਆ ਤਰੀਕੇ ਨਾਲ ਜਾਫਾ ਲਾਉਣ ਦੀ ਕੋਸ਼ਿਸ਼ ਕੀਤੀ। ਕੌਰ ਸਿੰਘ ਜੀ ਮਚਾਕੀ ਵਾਲਾ ਦਾ ਫੈਸਲਾ ਹੈ ਵੀ ਪੁਆਇੰਟ ਜਾਫੀ ਦੇ ਹਿੱਸੇ ਜੁੜ ਚੁੱਕੇ ਹੈ। ਅਗਲੇ ਮੈਚ ਦੀਆਂ ਟੀਮਾਂ ਕਬੱਡੀ 70 ਦਾ ਜੋ ਫਾਈਨਲ ਮੈਚ ਹੋਣਾ ਹੈ, ਇਹ ਟੀਮਾਂ ਤਿਆਰੀ ਖਿੱਚ ਲੈਣ। ਵਕੀਲਾਂ ਵਾਲਾ ਤੇ ਲੰਡੇ ਕੇ ਓਪਨ ਦਾ ਮੈਚ ਹੋਵੇਗਾ, ਇਹ ਵੀ ਖਿਡਾਰੀ ਬਿਲਕੁਲ ਤਿਆਰ ਰਹਿਣਗੇ। ਵਕੀਲਾਂ ਵਾਲਾ ਤੇ ਲੰਡੇ ਕੇ ਲਓ ਸਾਹਮਣੇ ਫਿਰ ਇਸ ਵਕਤ ਲੱਗਿਆ ਹੋਇਆ ਜ਼ੋਰ ਪੂਰਾ ਦੋਹੋਂ ਖਿਡਾਰੀਆਂ ਦਾ ਤੇ ਪੁਆਇੰਟ ਰੇਡਰ ਦੇ ਹਿੱਸੇ। ਹੱਥ ਅੰਦਰ ਵਾਰ ਢੇਰੀ ਦੇ ਬਾਜੀ ਖਿਡਾਰੀ ਜੋ ਪਹਿਲਾਂ ਲੱਗ ਚੁੱਕੇ ਹੈ, ਰੈਫਰੀ ਦਾ ਫੈਸਲਾ ਹੈ, ਅੰਤ ਤੋਂ ਫੈਸਲਾ ਹੋਵੇਗਾ ਵੀ ਪੁਆਇੰਟ ਰੇਡਰ ਦੇ ਹਿੱਸੇ। ਗੁਰਜੀਤ ਦੇਖਦੇ ਵੀ ਡਗਰੂ ਦੀ ਟੀਮ ਦਾ ਨੌਜਵਾਨ ਖਿਡਾਰੀ ਸਾਹਮਣੇ ਕਬੱਡੀ ਪਾ ਰਹੇ ਹੈ। ਜੋਸ਼ ਹੋਸ਼ ਤਕਨੀਕ ਦੀ ਅੱਜ ਕੱਲ੍ਹ ਖੇਡ ਕਬੱਡੀ ਹੈ ਬਾਈ, ਨਿਰੇ ਜ਼ੋਰ ਵਾਲੇ ਨੂੰ ਜਾਫੀ ਢਾਈ ਜਾਂਦੇ ਨੇ, ਬਾਜ ਵਰਗੀ ਅੱਖ ਹੁੰਦੀ ਹੈ ਜਿਹੜੇ ਰੇਡਰਾਂ ਦੀ, ਪਤਾ ਨਹੀਂ ਲੱਗਦਾ ਹੱਥ ਕਿਹੜੇ ਵੇਲੇ ਲਾਏ ਜਾਂਦੇ ਨੇ। ਲੱਗੇ ਵਾਲੀਆਂ ਯੋਧਿਆਂ ਇਦਨ ਚਾਰ ਜਵਾਨੀ ਦੇ ਬਾਈ, ਜਿਹੜੇ ਗੱਭਰੂ ਸਾਂਭ ਲੈਣ ਉਹ ਛਾਏ ਜਾਂਦੇ ਨੇ। ਪੁਆਇੰਟ ਤਾਵੀ ਦੇ ਹਿੱਸੇ ਜੁੜ ਚੁੱਕਿਆ ਹੈ। ਮੈਚ ਸਮਾਪਤ ਦੋਹੋਂ ਟੀਮਾਂ ਦਾ, ਵਕੀਲਾਂ ਵਾਲਾ ਤੇ ਲੰਡੇ ਕੇ ਇਹ ਟੀਮਾਂ ਪੁੱਜ ਚੁੱਕੀਆਂ। ਕਬੱਡੀ 70 ਦੀਆਂ ਟੀਮਾਂ ਵੀ ਆ ਜਾਣ। ਡਗਰੂ ਮਾਸਟਰ ਜੀ ਜੇਤੂ ਇਸ ਮੈਚ ਦੇ ਵਿੱਚੋਂ
डगरू की टीम जेतू रही है। बहुत ही सत्कारयोग ने साडे प्रबंधक वीर पाटर संतोख सिंह जी स्टेज से सेवावान मारे ने, साडे बलदेव सिंह जी पुल्ला नाल सारे समूह कमेटी मैंबर वीर नथू वाली राणा पुजा होया साडे कोल सुखा वकीलां वाला उन्होंने डैडी जी आए हुए ने सारे वीरां दा बहुत बहुत धन्यवाद। लल्लिया वाला बलदेव सोना कलसी साडे कबड्डी दे जो पुराने खिडारी ने इस इलाके दीआं मानयोग शख्सियतां पुजे हुए ने। टूरनामेंट कमेटी वालों सब का बहुत बहुत धन्यवाद किया जा रहा है। अगला मैच 70 किलो का जो फाइनल मैच होना है टीमां तैयारी खिंच लैन, खुखराणा ते रसूलपुर ये टीमां तैयारी खिंच के ग्राउंड के लागे पुजन। वकीलां वाला ते लंडे के ये टीमां दा मैच है, दोहो टीमां मुकाबला शुरू करन सेंटर लाइन ते आके भलूर ते निदां वाला ये भी टीमां बिल्कुल तैयारी खिंच लो अगले मैचों के लिए। अमन लंगियाने तो पुजा साडा वीर ओदा भी बहुत बहुत धन्यवाद। इन्हां रही वीर साडा वड्डे मान दित्ते ने जिन्हां साडे भरावां नूं। हां जी मैं जल्दी करा दो जी अगला 70 दा मैच करवाउणा जी। हां जी सर शुरू कर लगे जी बाजी, जल्दी तो जल्दी सुखदेव सिंह जी मुकाबला शुरू कर दिता जाए। वकीलां वाला ते लंडे के इन्हां दोहों टीमां दा मैच लो। वकीलां वाले की जिहड़ी टीम है वह स्कूल वाली साइड चली गई है ते लंडे क्या दी टीम होवेगी चढ़ते वाली साइड। दोहो चोटी दीआं टीमां देखते भी स्टार कबड्डी के खिडारी पुजे हुए ने। साडे प्रबंधक वीरां दी महान मेहनत मशक्कत ते अज नजारे पंजाबियां दी मां खिड़ कबड्डी दे जिन्हां ने दूर दूर ते जाके टीमां बुक कीतीआं अज रौनकां लगियां होईआं ने पंजाबियां दी मां खिड़ कबड्डी दीआं। अगला मैच कबड्डी 70 किलो का जो होना है खुखराणा ते रसूलपुर ये टीमां तैयारी खिंच लो। खुखराणा रसूलपुर का फाइनल मैच होगा कबड्डी 70 का, टीमां बिल्कुल तैयार रहनगियां। वकीलां वाला ते लंडे के इन्हां टीमां का मैच खेडिया जाना है ओपन का, खिडारी पुजे हुए ने बहुत बहुत धन्यवाद दोहों टीमां दे प्लेयरां दा। लो वकीलां वाले की जिहड़ी टीम है साइडां चेंज हो चुकियां है, वकीलां वाले की टीम चली गई है चढ़ते वाली साइड ते स्कूल वाले पासे टीम हो गई है लंडे क्या दी। देखते भी चोटी का मैच होना इन्हां दोहों टीमां दा, कबड्डी 70 दीआं टीमां तैयारी खिंच लैण। लो वकीलां वाले दी टीम इधर चढ़ते वाले बन्ने ते सुख हरदासे दा देखते भी हरी दा छोटा वीर ऐसा तक कबड्डी पा रहा है चार जाफी दूसरे बन्ने। लो दो नंबर तो वजी हुई खिच पहली कबड्डी ते पहला जाफा नौजवान जाफी ने कोशिश की है लाने की ऐसा तो मुकाबला खेड मैदान दे विच वाह गबरूआ मूहरे सिट के किकर दा चापा भाई गबरू ने रेल रोक ली और पॉइंट ऐसा तो लंडे कहती टीम के हिस्से जुड़ चुके हैं। गगना अगलेरी कबड्डी देखते भी नौजवान लंडे कहती टीम वालों तन तन सूरत सिंह जी बाबा राम सिंह जी की इतिहासक धरती मोगे की बुकल में वसया होया पिंड लंडे के लो सामने कबड्डी पा रहा करमपाल सिद्धू का पिंड है ते चार जाफी कनी ते वकीला लो सोनी वकीलों वाले की धरती का जफा ला चुके हैं और पॉइंट जाफी के हिस्से जुड़ता होया। चल भी हरदयाल साहब पा कबड्डी। हाँ जी हाँ जी हमने ट्रैक्टर अगे पिछे करो जी पानी ग्राउंड वाल नू आ रहा आ पानी वाली टैंकी जड़ी अगे कर दियो पलूर ते निदामवाला अगले मैच दीआं टीमां तैयारी खिंच के ग्राउंड च आ जाण। पलूर ते निदामवाला टीमां ग्राउंड च पहुंचण। पलूर ते निदामवाले दा जो इस तो अगला मैच होना है टीमां तैयारी खिंच के ग्राउंड च आ जाण। पॉइंट लंडे कहंदी टीम दे हिस्से जुड़ चुके हैं सुख हरदासे दा देखते भी नाम है कबड्डी खेड दे विच जिथे बहादुर रात होना ने कबड्डी खेडी साधु सिंह होना ने जवानी दे विच कबड्डी खेडी लाल नौजवान सामने कबड्डी पा रहा है। देखते भी इस वक्त डबल टच का जो फैसला है बाबा गांधी जी का फैसला हो चुका है भी पॉइंट रेडर से
हिस्से जुड़ता हो चल भी गगने पक बड़ी पोने का गगना लंडे कहने अगलेरी कबड्डी पा रहे चार जाफी ने सामने वकीलों वाले से जितों के मल का ना है कबड्डी खेड के तन तन बाबा गोबिंदा जी की इतिहासक धरती है वकीलों वाला पिंड एक नहीं तो सुखा ना सुखा वकीलों वाले का टॉप का जाफी मेरे वीरों परी हुई खुच से कोशिश की नौजवान ने डकन की पॉइंट जाफी से हिस्से जुड़ चुके हैं दो टीम का चोटी का मैच खेडिया जा रहा है अगला मैच पलूर ते निधा वाला टीम तैयारी खिंच के जल्दी तो जल्दी ग्राउंड आ जाए पलूर ते निधा वाला हरदयाल हैरी हरदासे का देखते भी वकीलों वाले के लिए नौजवान तावी कबड्डी पा रहा है दूसरे बन्ने कोशिश की है जाफी ने तूड़ा पट्टी जाते ने जिन्होंने दुध मामा का पीता लोगो डकने सौखे नहीं तावी दुला तिकल जीता लंडे कहते तकना सामने कबड्डी पा रहा है सरपंच अमरजीत सिंह का पिंड है लंडे के दूसरे बन्ने चार जाफी वकीलों वाले दे है देखते भी नौजवान किड़ा डाके दिखावेगा चोटी की टीम कोरे वाले से खेड मेले की फास्ट आने वाली टीम वकीलों वाले की ना दूसरे बन्ने पाए हुए कबड्डी सोनी बजी हुई खिच दोहां लत्तां तो ऐसा तो मुकाबला है दोहो खिडारियों का एक विच जोर होवे लोकी तां पुछदे सरनामा हरजीत बराड़ जिहे विरले पुत जम दियां मावां क्वाइट जाफी दे हिस्से जुड़ चुके हैं पलूर ते निधा वाला टीमां तैयारी खिच के ग्राउंड ते लग गए आ जाण अगला मैच इन्हां दोहो टीमां दा होवेगा पलूर ते निधा वाले दा ना सुख हरदासे दा अगलेरी कबड्डी पा रहा है वकीलों वाले की टीम दे लई देखदे वी चार जाफी बिल्कुल तैयार ने लोहे वर्गे पट्टा उत्ते मारन पोली थापी एक पासे धावी कला दूजे पासे चारे जाफी पता लगदा विच मदाने जदों हथ जुड़दे नाल बगाने यार खुराक खाधियां कौटी कौटी करते फिरते पुत पंजाबियों दे अज मालवे का बहुत मशहूर प्रसिद्ध पिंड है खुखराणा जिते कबड्डी के खिडारियों की धरती मेरे वीरों नौ है कबड्डी खेड दे विच बड़ियां रौनकां ने और सामने देखते भी बोने का गगना इस वक्त कबड्डी पा रहा है हल्का टच कर पॉइंट लंडे कहंदी टीम के हिस्से जुड़ चुके हैं अगला मैच पलूर ते निधा वाला टीमां तैयारियां खिंच लैण पलूर निधा वाले का जो अगला खेडा जाना है हरदयाल हैरी सामने फिर वकीलों वाले की टीम वालों कबड्डी पा रहा है जे खेडना हो कबड्डी तो दुध डहरी नहीं पाईदा कोमाग की ठंड भी छड़ना पैंदा निगर जाईदा जेठ हाड़ दियां धुप्पां दे भी सहनी पैंदी है मार मित्रों बली पुत मावां दे कबड्डी खेड के बन जाते ने सुपर स्टार मित्रों बली पुत मावां दे कबड्डी खेड के बन जाते ने सुपर स्टार मित्रों अज स्टार खिडारी पुजे हुए ने देखते भी पंजे खेड मेले दियां कबड्डियां समुचे नगर का पूरा संजोग है ग्राम पंचायत साहब श्री गुरु हरगोबिंद साहब स्पोर्ट्स क्लब वाले सारे वीर दियां वड्डियां मेहनत मशक्कत ने लो सामने फिर ककना लंडे क्या पिंड का देखते भी कबड्डी पा रहा है दूसरे बन्ने कोशिश की जाफी ने डकन की वाह गभरूआ देखते भी मैं उड्डने सप वर्गी मैं तेरे हथ ना गभरूआ आवा पॉइंट रेडर दे हिस्से जुड़ता होया चल भी सुख पा कबड्डी चोटी का मैच खेडिया जा रहा दोहो टीम का पलूर वाला यह टीम तैयारी खिंच लैन अगले मैच लई टीम ग्राउंड के लागे पुजन पलूर ते निधा वाला बस सामने फिर हरदासे वाला सुख कबड्डी पा रहा है दूसरे बन्ने फिर फैसला गुड जजमेंट साढ़े कबड्डी कोच गांधी बाबा जी का फैसला है ये पॉइंट रेडर के हिस्से जुड़ चुके हैं दोहो टीम का मुकाबला खेड मैदान मुंडे कबड्डी खेडन भाई खेडन खाड़िया आके चेहरे दगते शेरां दे रखते डौलां नूं लशका के दुनिया पहुंची जाती है दूरों नेड़ों हुम हमा के हुण सिंह फस के कुंडियां दे मित्रों बह जाओ गोडी ला के पॉइंट रेडर के हिस्से जो फैसले हो चुके ने निधा वाला ते पलूर ये टीम तैयारी खिंच लैन अगला मैच होना दो टीम का निधा वाला ते पलूर टीम ग्राउंड पुजान ना हरदयाल हैरी हरदासे का मेरे वीरो वकीलों वाले के लिए कबड्डी कबड्डी करता होया दूसरे बन्ने कोशिश की नौजवान ने खुच भरन की पॉइंट रीडर के हिस्से जुड़ चुके हैं विशेषतर से धनवाद साढ़े पुजे हुए बहुत ही सत्कारयोग वीर गुरचरण सिंह मेर बूटा उमरियाना जसविंदर आसा पुत्र पंजाब की बुलंद आवाज सारे वीर का वड्डा धनवाद है मैं बेनती करांगा जसविंदर आसा पुत्र अगलिया जो सेवावां उस वीर के हिस्से लो सामने चार जाफी देखते भी सुखा डकेगा जां सोनी लो वकीलों वाले का सोनी मेरे वीरो टुट के कोशिश करता जफा लाने की इस वक्त मुकाबला दोहो खिलाड़ियों का खेड मैदान के लग्या है जोर वाह गभरूआ ताके हिक ते बैठन की गल और पॉइंट जाफी दे
हिस्से जुड़ चुके हैं। निदामवाला ते पलूर टीमां तैयारियां खिच लैन। अगला मैच निदामवाला ते पलूर दा, इंदगढ़ ते डोली भाई, रसूलपुर ते तलवंडी भाई, ये सारियां टीमां तैयार रहणगियां अगले मैचां दे लई। कबड्डी सत्र वाले भी खिलाड़ी बिल्कुल तैयार रहन। जेकर इत्थे पुज चुके तां लाओ सुख हरदासे दा अगले री कबड्डी पाउंदा होया। दाता ते भगत सूर में जांदे जग रहिंदे ने, दुनिया ते लगदे मेले लोकी नौ लैंदे ने। अज पंजाब दी धरती मोगे दिल दा पिंड खुखराणा मेरे वीरो, जिथे रौनकां ने पंजाबियां दी मां खेड कबड्डी दियां। मैच समाप्त दो टीमां दा, अगला मैच इंदगढ़ निदामवाला ते पलूर, ये टीमां ग्राउंड च आ जाण। निदामवाला ते पलूर वकीलां वाला जेतू है जी, वकीलां वाला दी टीम इस मैच दे विचों जेतू रही है। इंदगढ़ ते पलूर जसविंदर आसा बुटर ग्राउंड दे विच आ जावे। पलूर ते निदामवाला ये दोहो टीमां दे खिलाड़ी सेंटर लाइन ते आके अपना मैच शुरू कर लैन। पलूर ते निदामवाला इंदगढ़ ते डोली भाई, रसूलपुर ते तलवंडी भाई, ये भी भाई जी दो मैच दियां चारे टीमां जिहड़ियां अपनियां गड्डियां दे कोल बिल्कुल तैयार रहणगियां। किसे टीम दा कोई इंतजार नहीं होना, समय दी बहुत घाट है, किसे भी टीम नूं डिक्या नहीं जावेगा। इंदगढ़ ते डोली भाई अगला मैच होवेगा, टीमां चलदे मैच ही ग्राउंड दे लागे कोई जाण। इंदगढ़ ते डोली भाई डोली भाई ते इंदगढ़ ये टीमां तैयारी खिच लैन। निदामवाला ते पलूर दा जो मैच हुण खेडिया जाणा खेड मैदान दे विच हो चुके ने। खिडारी बेंत निदामवाला, मन्नू दद्दा हूर, प्रदीप निदामवाला साडे इस एरिए दी शान चोटी दे प्लेयर ने। बहुत बहुत धन्नवाद करिए टूरनामेंट प्रबंधक कमेटी दे वल्लों। अगला मैच इंदगढ़ ते डोली भाई, टीमां तैयारी खिच लो। साडे बहुत ही सत्कारयोग ने सरदार अजैब सिंह जी, इन्हां वल्लों 51,000 दित्ता जाणा है, और 51,000 गुरतेज गुरतेज सिंह साडा कबड्डी खिडारी वीर, इन्हां वल्लों होवेगा। बाजी कबड्डी सत्तर किलो दे जे खिलाड़ी इत्थे पहुंच चुके हैं तां उह प्रबंधकां नूं मिलण। खुखराणे दी टीम ते रसूलपुर, इहनां दोहो टीमां दा फाइनल मैच होना है। जे खिलाड़ी इत्थे आ गए तां मेरे वीर प्रबंधकां नाल संपर्क कर लैण। इंदगढ़ ते डोली भाई इहनां दोहो टीमां दा इस तों अगला मैच होना है। टीमां वाले तैयारी खिच लो खिडारी मेरे वीर। रसूलपुर ते तलवंडी भाई ये भी टीमां बिल्कुल तैयार रहणगियां। और मैच दोहो टीमां दा चोटी दा अगलियां सेवावां जसविंदर सिंह जी आसा बुटर, बहुत बहुत धन्यवाद। धन्यवाद वड्डे वीर बेअंत सिंह जी बंगेले वाला, वधिया लफ्ज जिन्हां ने ग्राउंड नूं निहाल कीता। अरदास करके जदों कार्ज शुरू करदे फिर जीत ही जीत पंजाबियां दी, आए गए दी सेवा विच ना कसर छड्डदे। इह मुढ तों रीत पंजाबियां दी, जबर जुल्म नूं जड़ चों कट दिंदी, उठदी जदों शमशीर पंजाबियां दी, देश कौम लई शहीदियां पाउण जिहड़े पहली कतार है वीर पंजाबियां दी। सो जिहड़े दर्शक जिन्हां दा कोई लागा देगा नहीं ग्राउंड दे विच, उन्हां नूं मैं बेनती करांगा चाहे तां बैठ जाण, या फिर कहिंदे ने तुर फिर के मेला देखण दी कृपालता करन, क्योंकि मेरे लई रब दा रूप ने दर्शक। और दर्शकां दे निगाहां दे कैमरे जदों तुहाडे उपर हुंदे ने तां किसे तरह दा विघन पैंदा मैच देखण दे लई उन्हां नूं, और मैं नहीं चाहुंदा कि मेरे दर्शकां नूं विघन पवे किसे तरह दा। इह मैच जिहड़ा लाइव कंटीन्यू देखदे रहण, जिवें लाइव लाइव वन पंजाब .com दे उत्ते मिलदे दुनिया भर दे विच सराहा जा रहा है। दुनिया दे विच कहिंदे ने इस नौजवान दा नाओ निदामवाला पिंड है बेअंत सिंह नाओ मेरे वीरो। कदे बुलेट मिले मान सम्मान दे विच, कदे पंजाब दे कबड्डी कप्पां दे उत्ते धाक जमा दित्ती। जिवें कहिंदे ने जतेंद्र सिंह काका फतेहगढ़िया साडे वीर बैठे ने, दसदे ने कि डीपी चड़िक दे लई खेडण वाला आ नौजवान, इक पासे डीपी मेहर सिंह वाले दी धरती दा बहुत ही सोहणा जाफी मेरे वीरो, जिंदरे जगाल खाण वाली गल इहदा आले दी धरती दे बेअंत सिंह नूं उत्तों फड़दा होया। दर्शको मारोगे कदों ताड़ियां, ताड़ियां मार दो जे माए चंगा लगता था। हेलो, हाँ जी, अगला मैच 70 किलो दा निम्मा निम्मा साडा बहुत ही सत्कार दे योग, कहंदे ने भी टहरे वाला 50 रुपए सजाफी दे लई। हाँ जी, 70 किलो दा अगला फाइनल मैच हर हालत विच इस मैच तो बाद करवाया जाएगा, दोवें टीमां ग्राउंड दे विच आके बैठ जान जी।
ਜਿੱਥੇ ਕਹਿੰਦੇ ਨੇ ਰਸੂਲਪੁਰ ਤੇ ਮੇਜ਼ਬਾਨ ਪਿੰਡ ਖੁਖਰਾਣੇ ਦਾ ਫਾਈਨਲ ਮੈਚ 70 ਕਿਲੋ ਵਰਗ ਦਾ ਉਹ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਪੁੱਜ ਜਾਣ ਉਧਰਲੇ ਪਾਸੇ ਸੋਨਾ ਤਲਵੰਡੀ ਭਾਈ ਦੀ ਧਰਤੀ ਦਾ ਔਰ ਆਪਣੇ ਸਮੇਂ ਦਾ ਮਹਾਨ ਖਿਡਾਰੀ ਮੇਰੇ ਵੱਲੋਂ ਲੱਲੋ ਪਿੰਡ ਵਾਲੇ ਕੁਲਦੀਪ ਸਿੰਘ ਜੀ ਹੋਰੀ ਪੁੱਜੇ ਹੋਏ ਨੇ ਨਾਲ ਕਹਿੰਦੇ ਨੇ ਤੇਜ ਵਰਗੇ ਨੇਕੇ ਵਰਗੇ ਔਰ ਭਿੰਦੇ ਵਰਗੇ ਜਿਵੇਂ ਕਹਿੰਦੇ ਨੇ ਬਿੱਲੇ ਵਰਗਿਆਂ ਦੇ ਨਾਲ ਖੇਡਣ ਵਾਲਾ ਜਤਿੰਦਰ ਸਿੰਘ ਕਾਕਾ ਫਤਿਹਗੜੀਆ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਵੱਡਾ ਧੰਨਵਾਦ ਹਾਂਜੀ ਸਵਰਨਾ ਜੋਰਾ ਸਿੰਘ ਦਾ ਘਰੇ ਪਹੁੰਚ ਜਾਵੇ ਜੀ ਸੱਤਰ ਕਿਲੋ ਦਾ ਫਾਈਨਲ ਮੈਚ ਇਸ ਮੈਚ ਤੋਂ ਤੁਰੰਤ ਬਾਅਦ ਕਰਵਾਇਆ ਜਾਊਗਾ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਬੈਠ ਜਾਣ ਜੀ ਆ ਕੇ ਨਾਲ ਮੈਂ ਬੇਨਤੀ ਕਰਦੇ ਹਾਂ 70 ਕਿਲੋ ਦੇ ਵਰਗ ਦੇ ਫਾਈਨਲ ਨੂੰ ਜਿੰਨਾ ਵਧੀਆ ਰੇਡਰ ਮੇਰੇ ਵੀਰੋ ਉਹ ਤੋਂ ਵਧੀਆ ਵੱਧ ਕੇ ਜਾਫੀ ਹੈ ਜਿੱਥੇ ਵਧੀਆ ਜੱਫੇ ਲਾ ਜਾਂਦਾ ਆ ਉਦੋਂ ਵੱਧ ਕੇ ਸੋਹਣੀਆਂ ਕੌਡੀਆਂ ਪਾ ਦਿੰਦਾ ਸੋ 2010 ਦੇ ਵਿੱਚ 11 ਦੇ ਵਿੱਚ ਤੇ 12 ਦੇ ਵਿੱਚ ਇਸ ਨੌਜਵਾਨ ਦੇ ਚਰਚੇ ਕੈਨੇਡਾ ਦੇ ਅਲਬਰਟਾ ਸਟੇਟ ਦੇ ਵੈਨਕੂਵਰ ਸਟੇਟ ਦੇ ਵਿੱਚ ਹੋਏ ਨੇ ਔਰ ਆ ਅੰਕ ਧਾਵੀ ਦਾ ਕਿਉਂਕਿ ਆ ਜਿਹੜੇ ਦਿਆਲਪੁਰੇ ਦੀ ਧਰਤੀ ਦੇ ਦੇਵ ਦੀ ਨਜ਼ਰ ਕਿਸੇ ਤੋਂ ਕੁਝ ਹੀ ਨਹੀਂ ਰਹਿੰਦੀ ਅੰਕ ਜਿਹੜਾ ਧਾਵੀ ਦੇ ਹਿੱਸੇ ਦੇ ਵਿੱਚ ਜਾਂਦਾ ਹੋਇਆ ਦੀਨਾ ਸਾਹਿਬ ਦੀ ਧਰਤੀ ਦਾ ਸੁਖਦੇਵ ਸਿੰਘ ਔਰ ਮਚਾਕੀ ਮੱਲ ਸਿੰਘ ਪਿੰਡ ਵਾਲਾ ਕੌਰ ਸਿੰਘ ਖਾਰੇ ਪਿੰਡ ਵਾਲਾ ਗਾਂਧੀ ਜੀ ਜਿਵੇਂ ਕਹਿੰਦੇ ਨੇ ਬਾਬਾ ਔਰ ਨਾਲ ਮੇਰੇ ਦਿਆਲਪੁਰੇ ਵਾਲਾ ਦੇਵ ਤੇ ਆਲਮ ਵਾਲੇ ਦੀ ਧਰਤੀ ਦਾ ਅਜਮੇਰ ਸਿੰਘ ਮਾਇਜ ਅਫੀਸ਼ੀਅਲ ਨੇ ਧੰਨਵਾਦ ਪ੍ਰਦੀਪ ਸਿੰਘ ਨਾਉ ਨਿਧਾਂ ਵਾਲਾ ਪਿੰਡ ਸਗੜਾਰੀ ਦਾ ਨਿਧਾਂ ਵਾਲੇ ਦੀ ਧਰਤੀ ਦਾ ਪ੍ਰਦੀਪ ਮੋਗੇ ਵਾਲਾ ਅੱਜ ਮੈਂ ਦੇਖਾਂਗਾ ਫਿਰੋਜ਼ਪੁਰ ਦੇ ਜੀਰੇ ਇਲਾਕੇ ਦੇ ਮੇਹਰ ਸਿੰਘ ਵਾਲਾ ਦੀ ਡੀਪੀ ਦੇ ਨਾਲ ਹੱਥ ਜੋੜੀਆਂ ਜੋ ਭਲੂਰ ਦਾ ਪੁੱਤ ਬਣ ਕੇ ਜਫੇ ਸੋਹਣੇ ਲਾਉਂਦਾ ਹੋਇਆ ਪਰ ਅੰਕ ਧਾਵੀ ਦਾ ਪ੍ਰਦੀਪ ਦਾ ਜੱਗਾ ਨਾਉ ਸਗੜਾਰੀ ਦਾ ਗੱਜ ਚੌੜੀ ਛਾਤੀ ਜਗਿਆ ਦੌੜਿਆਂ ਉੱਤੇ ਮਾਣ ਸਾਨੂੰ ਹੈ ਖੇਡ ਕਬੱਡੀ ਦੇ ਵਿੱਚ ਕਹਿੰਦੇ ਨੇ ਵੀ ਵੱਡਾ ਨਾਉ ਸਗੜਾਰੀ ਦਾ ਗੱਜ ਚੌੜੀ ਛਾਤੀ ਸਾਨੂੰ ਦੌੜਿਆਂ ਉੱਤੇ ਮਾਣ ਬਈ ਲੰਘੀਏ ਜਿੱਧਰ ਦੀ ਥੱਲ ਦਿੰਦੇ ਹਾਂ ਤੂਫਾਨ ਬਈ ਸਾਊਂਡ ਵਾਲਾ ਗੱਬਰ ਮੇਰੀ ਲੋ ਇਹ ਜਿੱਥੇ ਵੀ ਆਵਾਜ਼ ਹੁੰਦਾ ਹੈ ਸਤਿਕਾਰ ਦੇ ਸਹਿਤ ਮੈਂ ਬੇਨਤੀ ਕਰਾਂਗਾ ਵੀ ਇੱਕੋ ਲਾਹ ਦੇ ਪਰਮਾਤਮਾ ਦੀ ਅਪਾਰ ਕਿਰਪਾ ਹੈ ਸੱਚੇ ਪਾਤਸ਼ਾਹ ਦੀ ਔਰ ਆਹ ਦੇਖ ਲੈ ਨਾਉਜਨ ਇੱਕ ਅੰਕ ਜਿਵੇਂ ਕਹਿੰਦੇ ਨੇ ਈਤਾ ਕੌੜਾ ਕਾਲਾ ਤੇ ਗੱਜਣ ਵਾਲੀਆਂ ਗੋਲੂ ਇਹ ਚਾਰੇ ਜਿਹੜੇ ਨਿਧਾਲੇ ਦੀ ਧਰਤੀ ਦੇ ਨਾਉਜਨ ਮੇਰੇ ਪੁੱਤ ਬਣੇ ਹੋਏ ਨੇ ਪਰ ਆਹ ਦੱਦਾਹੂਰ ਪਿੰਡ ਤੇ ਮੰਨੂ ਨਾ ਇਸ ਗੜਾਰੀ ਦਾ ਦੱਦਾਹੂਰ ਦੀ ਧਰਤੀ ਜਿਵੇਂ ਕਹਿੰਦੇ ਨੇ ਕਦੇ ਰਾਜੂ ਦੱਦਾਹੂਰ ਦੀ ਕਲਮ ਦੁਨੀਆਂ ਦੇ ਵਿੱਚ ਵੱਖਰੀ ਸੀ ਪਰ ਇਧਰਲੇ ਪਾਸੇ ਦੀ ਖੇਡ ਨਿਆਰੀ ਹੈ ਬੂਟਾ ਸਿੰਘ ਨਾਉਜਨ ਭਲੂਰ ਦੀ ਧਰਤੀ ਮੇਜਰ ਬਰਾੜ ਦੇ ਪਿੰਡ ਵਾਲਾ ਆ ਜਾਫੀ ਟੁੱਟ ਕੇ ਪੈਂਦਾ ਹੋਇਆ ਇੱਕ ਪਾਸੇ ਮਿਲਦੋ ਦੁਨੀਆਂ ਦਾ ਪ੍ਰਸਿੱਧ ਖਿਡਾਰੀ ਆਨ ਮਨੂ ਦੂਜੇ ਪਾਸੇ ਬੂਟਾ ਅੰਕ ਜਿਹੜਾ ਮਨੂ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਕਿ ਫਰਕ ਤੇ ਡੌਲੇ 70 ਕਿਲੋ ਦੀਆਂ ਟੀਮਾਂ ਰਸੂਲਪੁਰ ਤੇ ਖੁਖਰਾਣਾ ਗਰਾਊਂਡ ਦੇ ਵਿੱਚ ਪਹੁੰਚ ਜਾਣ ਜੀ 70 ਕਿਲੋ ਦੀਆਂ ਟੀਮਾਂ ਫਾਈਨਲ ਮੈਚ ਆ ਜੀ ਉਹਨਾਂ ਦਾ ਇਸ ਮੈਚ ਤੋਂ ਬਾਅਦ 70 ਕਿਲੋ ਵਰਗ ਦਾ ਫਾਈਨਲ ਮੈਚ ਸਾਡਾ ਵੀਰ ਸੰਤੋਸ਼ ਵਾਰ ਵਾਰ ਤੁਹਾਨੂੰ ਕਹਿ ਰਿਹਾ ਵੀ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ ਪਰ ਇਧਰਲੇ ਪਾਸੇ ਇੰਦਗੜੀਏ ਪਹੁੰਚੇ ਨੇ ਇਧਰਲੇ ਪਾਸੇ ਚੋਟੀ ਦਾ ਜਫਾ ਮੇਰੇ ਵੀਰੋ ਨਾਲੀਓ ਨੇ ਜਿਵੇਂ ਕਹਿੰਦੇ ਨੇ ਭਲੂਰ ਦੀ ਧਰਤੀ ਦਾ ਸੇਮਾ ਤੇ ਜਾਫੀ ਦਾ ਨਾਉ ਮੇਰੇ ਵੀਰੋ ਕਾਲਾ ਨਿਧਾਲੇ ਦੀ ਧਰਤੀ ਦਾ ਗੋਲੂ ਗਰੁੱਪ ਗੱਜਣ ਵਾਲੇ ਦੀ ਧਰਤੀ ਦੁਨੀਆਂ ਦਾ ਮਹਾਨ ਜਾਫੀ ਇੰਗਲੈਂਡ ਦੇ ਕਹਿੰਦੇ ਨੇ ਵੀ ਪੂਰੇ ਸੀਜ਼ਨ ਦੇ ਵਿੱਚ ਵੱਡੇ ਨਾਉ ਹੁੰਦੇ ਨੇ ਪਰ ਉਧਰਲੇ ਪਾਸੇ ਉਹਦੇ ਸਾਥੀ ਕਾਲੇ ਨੇ ਆਹ ਸੇਮੇ ਨੂੰ ਜਿਹੜਾ ਸੋਹਣਾ ਜਫਾ ਲਾ ਦਿੱਤਾ ਕਬੱਡੀ ਪਾਉਣ ਦੇ ਲਈ ਪ੍ਰਦੀਪ ਨਿਧਾਂ ਵਾਲਾ ਮੋਗੇ ਦੀ ਧਰਤੀ ਦਾ ਨਾਉਜਨ ਕਬੱਡੀ ਪਾਉਂਦਾ ਹੋਇਆ ਧੰਨਵਾਦ ਕਿਆ ਬਾਤਾਂ ਨੇ ਗੱਬਰ ਸਾਊਂਡ ਇੱਕੋ ਜਿਹੜੀ ਲਾ ਦਿੱਤੀ ਸੋ ਧੰਨਵਾਦ ਕੀਤਾ ਤੇਰਾ ਵੱਡੇ ਵੀਰ ਬਹੁਤ ਹੀ ਸਤਿਕਾਰ ਦੇ ਯੋਗ ਆ ਤੁਸੀਂ ਜਿਹਨਾਂ ਨੇ ਮੇਰੀ ਆਵਾਜ਼ ਨੂੰ ਹਰ ਇੱਕ ਦਰਸ਼ਕ ਦੇ ਕੰਨਾਂ ਦੇ ਵਿੱਚ ਪਹੁੰਚਾ ਦਿੱਤਾ ਸੋ ਇਧਰਲੇ ਪਾਸੇ ਪ੍ਰਦੀਪ ਨਿਧਾਂ ਵਾਲਾ ਰਾਜਣ ਦੀ ਧਰਤੀ ਦਾ ਕਾਲੂ ਕੌਣ ਹੈ ਪਤਾ ਲੱਗ ਜੇ ਕਾਲੂ ਵੀ ਤੂੰ ਵੀ ਬਾਬੇ ਗੁਰਦਿਆਲ ਸਿੰਘ ਬਿੱਲੂ ਦੇ ਪਿੰਡ ਦਾ ਔਰ ਉਹਦੀ ਲੰਗੋਟੀ ਦਾ ਵਾਰਸ ਹੈ ਐਵੇਂ ਨੀ ਸੱਤ ਸਮੁੰਦਰਾਂ ਤੋਂ ਪਾਰ ਬਾਬੇ ਦੀ ਗੱਲ ਹੁੰਦੀ ਇੱਕ ਪਾਸੇ ਰਾਜਣ ਦੀ ਧਰਤੀ ਦਾ ਕਾਲੂ ਵੀ ਗੱਜ ਚੌੜੀ ਛਾਤੀ ਵਾਲਾ ਢਾ ਕੇ ਛਾਤੀ ਤੇ ਬਹਿਣ ਦਾ ਦਮ ਰੱਖਦਾ ਹੋਇਆ ਮਾਂ ਦਾ ਜਹਾਜ਼ ਸਿੰਘ ਚੱਲ ਨਾਉਜਨ ਪਾਗਲੀ ਕੌਡੀ ਕਬੱਡੀ ਪਾਉਣ ਦੇ ਲਈ ਕਹਿੰਦੇ ਨੇ ਵੀ ਹੱਥਾਂ ਨੂੰ ਥੋੜਾ ਜਿਹਾ ਥੁੱਕ ਲਾ ਲਿਆ ਬਾਅਦ ਦੇ ਵਿੱਚ ਕਲੀ ਦੇ ਨਾਲ ਉਹਨਾਂ ਨੂੰ ਕਹਿੰਦੇ ਨੇ ਵੀ ਸਿੱਝਦਾ ਕੀਤਾ ਔਰ ਕਬੱਡੀ ਪਾਉਂਦਾ ਹੋਇਆ ਆ ਨਾਉਜਨ ਭਲੂਰ ਦੀ ਧਰਤੀ ਦਾ ਜੱਗ ਸੋਹਣੀ ਖੇਡ ਇਸ ਖਿਡਾਰੀ ਦੀ ਮੇਰੇ ਨੂੰ ਹਰ ਇੱਕ ਦਰਸ਼ਕ ਨੇ ਗਦ ਗਦ ਹੋ ਉੱਠਣਾ ਜਦੋਂ ਇਸ ਖੇਡ ਤੋਂ ਨਿਹਾਲ ਹੋ ਗਏ ਔਰ ਇਧਰਲੇ ਪਾਸੇ ਕਾਲਾ ਤੇ ਜੱਗਾ ਜੱਗਾ ਤੇ ਕਾਲਾ ਹੋ ਗਿਆ ਮਿੱਤਰੋ ਆਓ ਦੇਖ ਲੈ ਨਹੀਂ ਰੀਸਾਂ ਅੰਕ ਜਿਹੜਾ ਧਾਵੀ ਦਾ ਭਾਵੇਂ ਕਾਲੇ ਦਾ ਜਿਹੜਾ ਕਹਿੰਦੇ ਨੇ ਮਿੱਟੀ ਦੇ ਵਿੱਚ ਮੂੰਹ ਲਵਾ ਦਿੱਤਾ ਅੰਕ ਰੇਡਰ ਨੇ ਆਪਣੀ ਟੀਮ ਦੇ ਲਈ ਜੋੜ ਲਿਆ ਬਹੁਤ ਹੀ ਸਤਿਕਾਰ ਦੇ ਯੋਗ ਮਾਂ ਖੇਡ ਕਬੱਡੀ ਦੇ ਇਸ ਇਲਾਕੇ ਦੇ ਕਈ ਖੇਡੇ ਹੋਈ ਜਿਵੇਂ ਕਹਿੰਦੇ ਨੇ ਜਿਨ੍ਹਾਂ ਨੇ ਖੇਡੀ ਹੋਈ ਕੌਡੀ ਅੱਜ ਉਹਨਾਂ ਨੂੰ ਯਾਦ ਆਉਂਦੇ ਨੇ ਦਿਨ ਭਾਵੇਂ ਸਾਡੇ ਵਿਚਕਾਰ ਪਹੁੰਚੇ ਨੇ ਸਤਿਕਾਰ ਦੇ ਯੋਗ ਬਲਦੇਵ ਸਿੰਘ ਜੀ ਲੱਲੇ ਸੋਨਾ ਜੀ ਤਲਵੰਡੀ ਭਾਈ ਜੀ ਕੱਪੀ ਲਾਲੇ ਵਰਗੇ ਆਪਣੇ ਸਮੇਂ ਦੇ ਇਸ ਇਲਾਕੇ ਦੇ ਮਹਾਨ ਖਿਡਾਰੀ ਨੇ
बिल्ला जी होरी या तेज वर्गे नेके वर्गे पिंदे होरी और अदरले पासे कौटी का मैदान एवं नहीं मेरे जो सेमे जिस नावियो ने फ्रिज वाले अमेरिका वाले दुले कनेडा के अलबर्टा के कैलगरी के जफा ला के $2,000 प्राप्त किए नौजवान सेमा भलूर वाला अज जाफी नहीं रेडर के तौर पर एक अंक जोड़ता हुआ अपनी टीम के लिए चल नौजवान पा कबड्डी तदा हूर की धरती मनु नाओ मेरे वीरो आलो मैं देखांगा इस मनु दियां गल्लां वखरियां ने और उधरले पासे लंबी बांह करके हाथ लाउण दी कोशिश कीती पर राजन दी धरती और बॉबी दा वड्डा नहीं छोटा वीर है ए कालू राजन दी धरती दा उत्तम जफा मार के अंक अपनी टीम दे लई जोड़दा होया चल नौजवान कहंदे ने बाबे गुरदयाल सिंह दे चर्चे है बच्चे बच्चे दी जुबान ते बाबे गुरदयाल सिंह दे चर्चे है बच्चे बच्चे दी जुबान ते अज मैं देखांगा कि आ भलूर दी धरती दा कोना निमे निमे दे वलो 50 रुपए मेरे वलो टहने वाले वलो इस नौजवान कालू दे लई राजन दी धरती दे कालू दे लई पर इधरले पासे गजन वाला पिंड है ग्रिप दे नाल ना दुनिया जानदी है भावे शुरुआत कीती गजन वाले पिंड तो गीचे दे जुंडी दे यार ने और मेरे वलो जे गल कीती मैचां दी नैशनल स्टाइल या बाद दे विच सर्कल स्टाइल कबड्डी दी और जिवें कहंदे ने नॉर्थ ऑफ इंडिया कबड्डी फेडरेशन दे बैनर दे हेठ फुरजन जठे दी रणवाई दे थल्ले बलविंदर सिंह फिडू दी अकैडमी दे विच श्री गुरु गोबिंद सिंह कबड्डी क्लब के लिए खेडन वाला गोलू पर इधरले पासे बूटा महान दा पहाड़ सिंह जाफी मां दा पहाड़ सिंह जाफी बूटा भलूर की धरती का बेअंत सिंह नेदा वाले नूं जफा मार के अंक जिहड़ा अपनी टीम के लिए जोड़ता होया चल भी जगया खुंदल हे जतावी 95 किलो वजन जिवें कहिंदे ने सुनावजोन दे विच काले दे नाल कौड़ा कौरे दे नाल ईटा ते ईटे दे नाल गजन वाले पिंड दा आ गोलू ग्रिप है मेरे वीर दुनिया जानदी है सुनावजोन नूं पर उधरले पासे साडा संतोष वार वार पुकार रहा है भी आजो नौजवानो आजो 70 किलो दे फाइनल दे लई तुसी पुज जाओ रसूलपुरी हो नाल मेरे वीरो जिवें कहंदे ने भी खुखराणे दे खिडारी बलत संत बाबा बलदेव सिंह जी जोगे वाले विशेष तौर ते पुज रहे ने अज मुख मेहमान दे रूप दे विच क्योंकि संत महापुरशां ने अपने शुभ हाथां दे नाल जिहड़े प्राइज तकसीम करने ने जेतू टीमां नूं उधरले पासे भाई वाह नहीं रही हां एक पासे बेअंत सिंह नाओ गज चौड़ी छाती वाला तूफान मेल धावी मेरे वीरो दुनिया दे विच छोटा वड्डा नाओ बना के दुनिया दे विच शाह जान वाला रखदा है मोगे दी धरती दा जिवें कहंदे ने रोपड़ दी रफड़त नाल ही रोपड़ दी रफड़त नाल ही रौंद विच अंबरसरिया देखण नूं देसी बंदा पर आ चंडीगढ़िया और जिवें कहंदे ने गभरू मैं शहन शबीला करिए दिल रांझा जी आखू कौन मोगे वाला जे बनिया ना रांझा जी अंक जिहड़ा धावी दा मोगे वाले दा चल नाइयो ना पा कौडी भलूर की धरती कहते ने प्रो फरीदकोट की मोगे की हद लगती है और हद फिरोजपुर की भी टकरा जाती इधरले पासे एक पासे घोड़ना भलूर की धरती भजदा बड़ा तेज है ग्रिप गजन वाली सहन सकता का सामना है रोक सकता का रोक लै क्योंकि मुंडे के पूरा दम है इधरले पासे बल्ले बल्ले नहीं रीसा कमाल का अंक गजन वालिए तारियां मार दो दर्शको कहंदे ने सोने ते सुहागे वाली गल बन गई है और अगली कबड्डी मनु पाउण दे लई वादा होया उधरले पासे कहंदे ने काका जी स्वाद आउंदा कहंदे ने मारखेड़ कबड्डी दा आज ताकत मुकाबला सो बहुत ही सोहना अंक जिहड़ा धावी दा मनु दा दाहूर वाला अज भलूर दे हिस्से दे विचों चक के वापस अपने पिंड दे लई जोड़दा होया बहुत ही सत्कार दे योग ने मोगे जिले दे लंडे के पिंड वाले करमपाल जी और जिवें कहंदे ने जलंधर सिंह जी सिद्धू पांजग्राई दे मेजर बराड़ जी वर्गे इन्हां खेड प्रमोटरां दे जरिए कहंदे ने मालवे दी कौडी दा जिहड़ा नाओ है रुतबा मालवे दे प्लेयरां नूं बहुत सत्कार मिलिया सो धन्नवाद उन्हां प्रमोटरां दा कि उच्चा सोचा रुतबा दवाता इस नूं बख्श लिया माण इह नमाणी सी ओह कच्च दा समान होया करदी सी कौडी अज बन गई है डालरां पाउंडां ते करोड़ां दी कहानी जी जिउं दी रख लई तुसीं इह पंजाबीओ ते नहीं तां किदे दी खत्म हो जानी सी जिउं दी रख लई तुसीं इह पंजाबीओ नहीं किदे दी खत्म हो जानी सी कालू दे लई राजन दी धरती दे कालू दे लई निमे दे वल्लों 100 रुपए दे बदेमान आए ने निमे दे वल्लों कालू दे लई और इस मैच दे विचों जिहड़ी जेतू टीम है सो निदा वाले दे ने 8 पॉइंट 12.5 पॉइंट भलूर की टीम दे जिहड़ी मोगे वाले पासे खेड रही सी इस मैच दे विचों जेतू टीम है हाँ जी खुखराणा ते रसूलपुर 70 किलो वर्ग का फाइनल मैच
दोवे टीमा संतोष जी किन्निया को आवाजा मार दती है तू पहला अजे तक ग्राउंड च नहीं पहुंचिया। हां जी हां जी इंदगढ़ पहुंच गया जी डोली भाई नू 70 किलो भार वर्ग दियां खुखराणा ते रसूलपुर दोवें टीमा ग्राउंड दे विच पहुंच जान जी जल्दी असि 2 मिनट दा टाइम दे रहे हैं दोवां टीमां नू। उस तो बाद मैं धन्नवाद मेरे वीर मेरे तो मेरे साथी कमेंटेटर बेअंत सिंह जी बघेले वाला और नाल जे गल करिए ता बूटा उमरियन दी धरती ते साडा बहुत ही सत्कार दे योग वड़ा वीर गुरचरण सुनेर भी शेतर ते पुजे ने ना बुलारियां दा मां खेड कबड्डी दे राज जी तुलारियां दा इत्थे पुजन ते मैं धन्नवाद करांगा अपने वल्लों और समुचे क्लब दे वल्लों। श्री गुरु हरगोबिंद साहब जी स्पोर्ट्स क्लब जिवें कहंदे ने भी श्री हरगोबिंद साहब जी महाराज ने मीरी ते पीरी दीआं जिहड़ियां 2 तलवारां पहनियां और अज उन्हां गुरुआं दे नां दे उत्ते बनाया होया क्लब सो उन्हां गुरुआं दे नां दे उत्ते बनाया होया क्लब और नाल मेरे नगर पंचायत दा वड्डा संजोग नगर दे निवासियां ने पूरा अहम योगदान पा के आ जिहड़ा 5वां शानदार खेड वेला खुखराणे दी धरती दा ऐ मेरे लोग कहंदे ने 70 किलो भार वर्ग दीआं टीमां तुहानू सारे दर्शक उड़ीक रहे आ 2 मिनट दा टाइम आ तुहाडे कोले दोवां टीमां कोले जल्दी तों जल्दी ग्राउंड दे विच पहुंचो जी। भाई वाह दुनिया दे कहंदे ने भी डोली भाई दी टीम जिहड़ी ग्राउंड च पुज जावे डोली भाई दी टीम जिहड़ी ग्राउंड च पुजे इंदगढ़ दी टीम जिहड़ी ग्राउंड च है उधरले पासे मेरे लो राजन दी धरती दा चरणा ते इस इलाके दी बहुत ही मान्य मन्नी भी शख्सियत वधिया जाफी दे दौर ते भावें पटियाले दे इंडो पार्क गेमां दे विच वड्डे मान सन्मान मिले गीता कोट करोड़िया विशेष तौर ते पुजे ने साडे परम प्यारे मित्र इन्हां दा धन्नवाद करदे आ इत्थे पुजन ते। हां जी मैं फिर बेनती करदा वी डोली भाई ग्राउंड च आ जाए ना तां खुखराणा पहुंचे ते ना ही रसूलपुर 70 किलो वर्ग दे इह फाइनल मुकाबले दीआं दोवें टीमां नहीं पहुंचियां पर डोली भाई जे आवाज सुनदी है तां जल्दी आ जाए इंदगढ़ ग्राउंड च। डोली भाई दी टीम नूं मैं बेनती करांगा भी जल्दी दे पहला जिहड़ी ग्राउंड दे विच पुज जावे जल्दी तों पहला डोली भाई वाले नालियों नूं भी आ जाओ ग्राउंड दे विच उस तों पहला खुखराणे दी गल और जिवें कहंदे ने खुखराणा ते रसूलपुर फाइनल मुकाबले इह टीमां वी 70 किलो दीआं पहुंच जाण। सो जिवें कहंदे ने संत महापुरशां दा जदों चलदे होए मैच दे विच आगमन हो जाए तां गल सोने ते सुहागे वाली बन जांदी है संत बाबा बलदेव सिंह जी जोगे वाले विशेष तौर ते पुज चुके ने इन्हां दा इत्थे पुजन ते धन्नवाद करदे आ कि संतां महापुरशां दी धरती है पंजाब और पंजाब दी धरती दे अंदर अनेकां सूरबीर योधे फनकार जिवें कहंदे ने संत बली पैगंबर महापुरश पैदा होए और संत बाबा बलदेव सिंह जी जोगे वाले साडे विचकार पुजे ने सो अज इन्हां दा इत्थे पहुंचण ते असीं श्री गुरु हरगोबिंद साहिब स्पोर्ट्स क्लब नगर पंचायत ते नगर निवासियां दे वल्लों वड्डा धन्नवाद करदे आं संत बाबा बलदेव सिंह जी जोगे वाला उन्हां दे वल्लों वड्डा धन्नवाद करदे आं इत्थे पहुंचण ते। अज मेरे वीरो किसे ने अपने पापा जी दी याद दे विच वड्डे प्राइज देने ने किसे ने अपने दादा जी दी याद दे विच अज जेतू टीमां नूं इनाम ऐलानने ने मेरे वीरो मां खेड कबड्डी दे जिहड़े तगड़े मैच आ सोने ते सुहागे वालियां गल्लां हो जाणगियां मैच होणगे टिकाणे जट आउणगे मैच होणगे टिकाणे जट आउणगे पता लग जू किन्ना कु डूंघा पाणी कुंडियां दे सिंघ फसणगे कोई नितरू वड़ेवें खाणी कुंडियां दे सिंघ फसणगे कोई नितरू वड़ेवें खाणी। डोली भाई दी टीम साहिब श्री हरगोबिंद साहिब जी महाराज दे घोड़े दे समाधी टाप लगी जिस नगर नूं उहदा मुकाबला जिहड़ा इंदगढ़ दे नाल होवेगा दोनों टीमां पहुंच गए दीना साहिब दी धरती दे सुखदेव सिंह डोली भाई ते इंदगढ़ और उस तो बाद जिहड़ा मैच होवेगा वह होवेगा मेरे 70 किलो वर्ग का फाइनल। सो कहंदे ने भी रसूलपुर जगरावां दी गल हो जाएगी लुधियाने दी गल हो जाएगी मोगे दे खुखराणे दे नाल और राजन दी धरती दा पाल पहुंच गया कगड़ा पुज गया सो धन्नवाद करांगे इन्हां खिडारियां दे डोली भाई दे लई अज मैदान दे विच वड्डियां मल्लां मारन दे लई पुजे ने। हाँ जी खुखराणा ते रसूलपुर
ਇਹ ਦੋਵਾਂ ਟੀਮਾਂ ਨੂੰ ਕੀ ਪ੍ਰੋਬਲਮ ਆ ਜੀ, ਇਹ ਗਰਾਊਂਡ 'ਚ ਕਿਉਂ ਨਹੀਂ ਆ ਰਹੀਆਂ? ਹਾਂਜੀ, ਇਹ ਨਾ ਹੋਵੇ ਕਮੇਟੀ ਫਿਰ ਕੋਈ ਸਖ਼ਤ ਫੈਸਲਾ ਲਵੇ। ਹਾਂਜੀ, 70 ਕਿਲੋ ਭਾਰ ਵਰਗ ਦੀਆਂ ਟੀਮਾਂ, ਅਸੀਂ ਆ ਜਿਹੜਾ ਲਾਸਟ ਮੈਚ ਹੈ ਇਹੀ ਉਡੀਕਣਾ, ਇਸ ਤੋਂ ਬਾਅਦ ਦੇ ਵਿੱਚ ਨਹੀਂ, ਫਿਰ ਮੈਚ ਨਹੀਂ ਹੋਊਗਾ, ਇਹ ਕਮੇਟੀ ਦਾ ਫੈਸਲਾ। ਹਾਂਜੀ, ਜਿਹੜੀ ਟੀਮ ਪਹੁੰਚ ਗਈ ਰਸੂਲਪੁਰ ਦੇ ਖੁਖਰਾਣੇ ਵਿੱਚੋਂ ਉਹਨੂੰ ਅਸੀਂ ਜੇਤੂ ਕਰਾਰ ਦੇ ਦਿਆਂਗੇ। ਹਾਂਜੀ, ਆਹ ਮੈਚ ਸ਼ੁਰੂ ਕਰਵਾਓ ਜੀ, ਆਹ ਐਂਦਗੜ ਅਤੇ ਡਰੋਲੀ ਦਾ ਮੈਚ ਸ਼ੁਰੂ ਕਰਵਾਓ ਜੀ। ਹਾਂਜੀ, ਪਿੰਡ ਵਾਲਿਓ ਤੁਸੀਂ ਨਹੀਂ ਸਹਿਯੋਗ ਦਿਓਗੇ ਤਾਂ ਫਿਰ ਇੱਥੇ ਟੂਰਨਾਮੈਂਟ ਕਿਵੇਂ ਹੋਊਗਾ? ਇਸ ਮੈਚ ਤੋਂ ਬਾਅਦ 70 ਕਿਲੋ ਦਾ ਮੈਚ ਹਰ ਹਾਲਤ ਵਿੱਚ ਕਰਵਾਇਆ ਜਾਣਾ, ਸੋ ਕਿਰਪਾ ਕਰਕੇ ਦੋਵੇਂ ਟੀਮਾਂ ਰਸੂਲਪੁਰ ਅਤੇ ਖੁਖਰਾਣਾ ਇਸ ਚੱਲਦੇ ਮੈਚ ਦੇ ਵਿੱਚ ਪਹੁੰਚ ਜਾਣ ਜੀ। ਬਹੁਤ ਹੀ ਤਕੜਾ ਜਿਹੜਾ ਮੁਕਾਬਲਾ ਦੇਖਣ ਦੇ ਲਾਇਕ ਹੈ ਮੇਰੇ ਵੀਰੋ। ਇੰਦਗੜ੍ਹ ਜ਼ਿਲ੍ਹਾ ਮੋਗਾ ਦੀ ਟੀਮ ਤੇ ਡਰੋਲੀ ਭਾਈ ਵੀ ਜ਼ਿਲ੍ਹਾ ਮੋਗਾ ਦੀ ਟੀਮ ਇੱਕ ਪਾਸੇ। ਜੇ ਡਰੋਲੀ ਭਾਈ ਦੀ ਗੱਲ ਕਰੀਏ ਤਾਂ ਡਰੋਲੀ ਭਾਈ ਦੇ ਜਿਹੜੇ ਜਾਫੀ ਨੇ ਸਕੂਲ ਦੀ ਬਿਲਡਿੰਗ ਵਾਲੇ ਪਾਸੇ ਔਰ ਮੋਗੇ ਵਾਲੇ ਪਾਸੇ, ਔਰ ਇਹ ਪਹਿਲੀ ਕਬੱਡੀ ਪਾਉਣ ਦੇ ਲਈ ਨਰਿੰਦਰ ਕੁਮਾਰ ਇੱਕ ਪਾਸੇ, ਨਰਿੰਦਰ ਨੰਦੂ ਇੰਦਗੜ੍ਹ ਦੀ ਧਰਤੀ ਦਾ ਨਰਿੰਦਰ ਨੰਦੂ ਮੇਰੇ ਵੀਰੋ, ਇੱਕ ਨਰਿੰਦਰ ਬਿੱਟੂ ਦੁਗਾਲ ਵਾਲੇ ਦਾ ਨਾਂ, ਇੱਕ ਆਹ ਨਰਿੰਦਰ ਜਿਹਦਾ ਮੁਕਾਬਲਾ ਰਾਜਨ ਦੀ ਧਰਤੀ ਦੇ ਪਾਲ ਸਿੰਘ ਦੇ ਨਾਲ, ਜਿਸ ਪਿੰਡ ਦਾ ਕਾਲੂ ਸੋਹਣੇ ਜਫੇ ਲਾ ਕੇ ਗਿਆ, ਜਿਸ ਪਿੰਡ ਦਾ ਚਰਨਾ ਤੇ ਜਿਸ ਪਿੰਡ ਦਾ ਮਾਨ, ਜਿਸ ਪਿੰਡ ਦਾ ਪੰਡਿਤ ਕੁਲਦੀਪ, ਔਰ ਅੰਕ ਜਿਹੜਾ ਇੰਦਗੜ੍ਹ ਦੀ ਧਰਤੀ ਦੇ ਨਰਿੰਦਰ ਨੰਦੂ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ, ਔਰ ਇੰਦਗੜ੍ਹ ਦੇ ਨਾਲ ਹੀ ਧਰਮਕੋਟ ਦੇ ਏਰੀਏ ਦੇ ਵਿੱਚ ਉੱਧਰ ਜਤਿੰਦਰ ਸਿੰਘ ਜੀ ਕਾਕਾ ਫਤਿਹਗੜੀਆ ਬੈਠਾ ਹੈ। ਉਹ ਕਹਿੰਦਾ ਵੀ ਐਸ ਨੌਜਵਾਨ ਦਾ ਵੀ ਪਿੰਡ ਬਿਲਕੁਲ ਇੰਦਗੜ੍ਹ ਦੇ ਪਿੰਡ ਦੇ ਕੋਲੇ ਬੱਡੂਵਾਲ ਦੇ ਧਰਤੀ ਦਾ ਆਹ ਨੌਜਵਾਨ ਸੁਖਵਿੰਦਰ ਸਿੰਘ ਕਕਣਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਹਰੇਕ ਪੁਆਇੰਟ ਦੇ ਉੱਤੇ 100 ਰੁਪਈਆ ਹੋਵੇਗਾ, ਜਿੰਨੇ ਵੀ ਜੱਫੇ ਪਾਲਾ ਰਾਜਣਿਆਂ ਲਾਵੇਗਾ ਹੈਪੀ ਰਾਜਣੇ ਵੱਲੋਂ। ਪਰ ਇਧਰਲੇ ਪਾਸੇ ਸੁਖਵਿੰਦਰ ਸਿੰਘ ਕਕਣਾ ਬੱਡੂਵਾਲ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਦੁਨੀਆ ਦਾ ਮੇਰੇ ਵੱਲੋਂ ਪ੍ਰਸਿੱਧ ਜਾਫੀ, ਭਾਵੇਂ ਬਲਕਾਰ ਸਿੰਘ ਕਿਸ਼ਨਪੁਰੇ ਵਾਲੇ ਦੇ ਨਾਲ ਖਾਸ ਰਿਸ਼ਤੇਦਾਰੀਆਂ ਨੇ, ਆਹ ਨੌਜਵਾਨ ਇੰਦਗੜ੍ਹ ਵਾਲਾ ਬਗੀਚਾ ਅਮਰੂ ਬਗੀਚਾ ਜਾਫੀ ਕਹਿ ਰਹੇ ਜੇ ਸਰੀਰਾਂ ਦੇ, ਕਰਦੇ ਨੇ ਵਾਰ ਜੋ ਕਮਾਨੋ ਛੋਟੇ ਤੀਰਾਂ ਦੇ, ਅਮਰੂ ਬਗੀਚਾ ਜਾਫੀ ਕਹਿ ਰਹੇ ਜੇ ਸਰੀਰਾਂ ਦੇ। ਅੰਕ ਕਿਹਦੇ ਹਿੱਸੇ? ਬਲਦੇਵ ਦਿਆਲਪੁਰੇ ਦੀ ਧਰਤੀ ਦਾ ਦੇਵ ਕਹਿੰਦਾ ਵੀ ਅੰਕ ਧਾਵੀ ਦੇ ਖਾਤੇ ਦੇ ਵਿੱਚ ਜੁੜ ਗਿਆ ਹੈ, ਔਰ ਆਹ ਅੰਕ ਜਿਹੜਾ ਸੁਖਵਿੰਦਰ ਸਿੰਘ ਕਕਣੇ ਦੇ ਖਾਤੇ ਦੇ ਵਿੱਚ ਜੁੜ ਚੁੱਕਿਆ ਹੈ। ਬਹੁਤ ਹੀ ਸੋਹਣਾ ਅੰਕ, ਚੱਲ ਵੀ ਨੌਜਵਾਨ ਬੱਬੇ ਵਰਗੇ, ਰੈਂਪੇ ਵਰਗੇ, ਲੱਖੀ ਵਰਗੇ ਨੌਜਵਾਨ ਤੇ ਰਾਜਨ ਦੀ ਧਰਤੀ ਦੇ ਪਾਲ ਵਰਗੇ, ਆਹ ਦੇਖ ਲੈ ਵੀ ਕਬੱਡੀ ਪਾਉਣ ਦੇ ਲਈ ਦਿਆਲਪੁਰੇ ਦੀ ਧਰਤੀ ਦਾ ਦੇਵ ਸਿੰਘਾ ਡਾਕਟਰ ਬੇਅੰਤ ਲਿਖੇਗਾ ਕੋਰੀ ਕਾਗਜ਼ ਤੇ ਹਿੱਕ ਤੇ ਝਰੀਟ ਮਾਰ ਕੇ ਵੀ ਕਿੰਨੇ ਕੁ ਪੁਆਇੰਟ ਕਿਹਦੀ ਟੀਮ ਦੇ ਹੋ ਗਏ ਨੇ। ਗੁਰਚਰਨ ਸਿੰਘ ਜੀ ਜਥੇਦਾਰ ਵਪਾਰੀ ਸਾਹਿਬ ਕਹਿੰਦੇ ਨੇ ਵੀ ਬਗੀਚਾ ਜਿੰਨੇ ਵੀ ਜੱਫੇ ਲਾਵੇਗਾ 100 ਰੁਪਈਆ। ਪਰ ਇਧਰਲੇ ਪਾਸੇ ਝੰਡਿਆਣਾ ਪੱਛਮੀ ਨਾਓ ਰਵੀ ਮੇਰੇ ਵੀਰੋ, ਸਨਾਉਜਨ ਖਿਡਾਰੀ ਦਾ ਪਿੰਡ ਝੰਡਿਆਣਾ ਪੱਛਮੀ ਤੇ ਨਾਓ ਰਵੀ, ਔਰ ਝੰਡਿਆਣੇ ਪੱਛਮੀ ਦੀ ਧਰਤੀ ਦੇ ਰਵੀ ਨੂੰ ਰਾਜਨ ਦੀ ਧਰਤੀ ਦਾ ਪਾਲ ਉਹ ਟੁੱਕਿਆ ਕਹਿੰਦੇ ਨੇ ਮਿਲਿਆ, ਜਿਵੇਂ ਕਾਫੀ ਚਿਰਾਂ ਤੋਂ ਵਿਛੜੇ ਨੇ ਨੌਜਵਾਨ। ਭਾਈ ਭਾਈ ਦੇ ਨਾਲ ਜਦੋਂ ਮੇਲੇ ਚ ਵਿਛੜ ਜਾਵੇ ਔਰ ਉਦੋਂ ਤਾਂਘ ਵੱਜ ਜਾਂਦੀ ਹੈ ਮਿਲਣ ਦੀ, ਇਸੇ ਤਰ੍ਹਾਂ ਦੀ ਤਾਂਘ ਵਧੀ। ਪਰ ਆਹ ਤਾਂਘ ਅੰਕ ਦੇ ਰੂਪ ਦੇ ਵਿੱਚ ਬਦਲ ਗਈ ਮੇਰੇ ਵੀਰੋ, ਅੰਕ ਜਿਹੜਾ ਧਾਵੀ ਦੇ ਹਿੱਸੇ ਦੇ ਵਿੱਚ ਜੁੜ ਚੁੱਕਿਆ ਹੈ, ਔਰ ਹੈਪੀ 100 ਰੁਪਇਆ ਉੱਥੇ ਹੀ ਪਾਲਾ ਕਿਉਂਕਿ ਅੰਕ ਪਾਲੇ ਤੋਂ ਖਿਸਕ ਗਿਆ। ਬਹੁਤ ਹੀ ਸੋਹਣਾ ਅੰਕ, ਚੱਲ ਨੌਜਵਾਨ ਤਾਂ ਕਬੱਡੀ ਆ। ਇਹਦਾ ਨਾਂ ਗਗਨਦੀਪ ਸਿੰਘ ਗਗਨ ਹੈ ਮੇਰੇ ਵੀਰੋ,
ਡਰੋਲੀ ਭਾਈ ਦੀ ਧਰਤੀ ਦਾ ਜਿੱਥੋਂ ਦਾ ਨੀਨਾ ਡਰੋਲੀ ਦੀ ਧਰਤੀ ਦਾ ਮਸ਼ਹੂਰ ਖਿਡਾਰੀ ਹੈ ਔਰ ਜਦੋਂ ਮੇਲੇ ਦੇ ਉੱਤੇ ਮਾਘ ਦੀ 14 ਨੂੰ ਪਹਿਲੀ ਨੂੰ ਮੇਰੇ ਵੀ ਮੇਲਾ ਲੱਗਦਾ ਜਨਵਰੀ ਦੀ ਕਹਿੰਦੇ ਨੇ 14 ਹੁੰਦੀ ਹੈ ਡੋਲੀ ਭਾਈ ਦੇ ਵਿੱਚ ਵੱਡੀਆਂ ਰੌਣਕਾਂ ਹੁੰਦੀਆਂ ਨੇ ਪਰ ਉਧਰਲੇ ਪਾਸੇ ਇਹਦਾ ਨਾਂ ਸ਼ਿਕੰਦਰ ਸਿੰਘ ਆ ਮੇਰੇ ਵੀਰੋ ਦੁਨੀਆ ਦਾ ਪ੍ਰਸਿੱਧ ਜਾਫੀ ਕਾਂਜਲੀ ਪਿੰਡ ਵਾਲਾ ਇੱਕ ਆਲਮਗੀਰ ਦੀ ਧਰਤੀ ਦਾ ਭਲਵਾਨ ਸ਼ਿਕੰਦਰ ਪਰ ਆਹ ਸ਼ਿਕੰਦਰ ਇੰਦਗੜ ਵਾਲਾ ਜਿਹਦੇ ਨਾਲ ਕਹਿੰਦੇ ਨੇ ਗਗਨਦੀਪ ਗਗਨੇ ਦੀ ਆ ਅੰਕ ਜਿਹੜਾ ਮਚਾਕੀ ਵਾਲੇ ਨੇ ਨਹੀਂ ਦਿੱਤਾ ਪਰ ਕਹਿੰਦੇ ਨੇ ਵੀ ਇਹ ਅੰਕ ਜਿਹੜਾ ਹੂਟਰ ਨੇ ਦੇ ਦਿੱਤਾ ਇਹ ਅੰਕ ਜਿਹੜਾ ਹੂਟਰ ਨੇ ਦੇ ਦਿੱਤਾ 30 ਸੈਕਿੰਡ ਦਾ ਸਮਾਂ ਅੰਕ ਜਿਹੜਾ ਜਾਫੀ ਦੇ ਖਾਤੇ ਦੇ ਵਿੱਚ ਜਾਂਦਾ ਹੋਇਆ ਬਹੁਤ ਹੀ ਸਤਿਕਾਰ ਦੇ ਯੋਗ ਨੇ ਮੈਚ ਅਫੀਸ਼ੀਅਲ ਭਾਵੇਂ ਕਹਿੰਦੇ ਨੇ ਆਲਮ ਵਾਲੇ ਦੀ ਧਰਤੀ ਦਾ ਜਵੇਰ ਸਿੰਘ ਦਿਆਲਪੁਰੇ ਦੀ ਧਰਤੀ ਦਾ ਦੇਵ ਔਰ ਨਾਲ ਮੇਰੇ ਕੌਰ ਸਿੰਘ ਜੀ ਮਚਾਕੀ ਬਾਬਾ ਗਾਂਧੀ ਜੀ ਖਾਰੇ ਦਾ ਨਾਲ ਸੁਖਦੇਵ ਦੀਨਾ ਤੇ ਬਿਰਲਾ ਸਾਡਾ ਬਹੁਤ ਹੀ ਸਤਿਕਾਰ ਦੇ ਯੋਗ ਇਸੇ ਪਿੰਡ ਦਾ ਅੰਗਰੇਜ਼ ਸਿੰਘ ਕਲੱਬ ਦਾ ਪ੍ਰਧਾਨ ਔਰ ਇਧਰਲੇ ਪਾਸੇ ਨਰਿੰਦਰ ਨੰਦੂ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਉਧਰ ਪੀਤੇ ਵਰਗੇ ਗੁਰਜੀਤ ਵਰਗੇ ਮੇਰੇ ਪਾਪਾ ਕਹਿੰਦੇ ਨੇ ਪਾਪਾ ਭਾਰ ਹੋ ਕੇ ਤੱਕਦੇ ਨੇ ਕਿ ਆਹ ਨੰਦੂ ਕਹਿੰਦੇ ਜੇ ਸਰੀਰ ਵਾਲਾ ਅੰਕ ਕਿਹੜੇ ਹਿਸਾਬ ਨਾਲ ਪ੍ਰਾਪਤ ਕਰ ਗਿਆ ਜ਼ੋਰ ਦੇ ਨਾਲ ਤਾਕਤ ਦੇ ਨਾਲ ਵਿਸ਼ਵਾਸ ਦੇ ਨਾਲ ਮੇਰੇ ਮਹਾਨਤਾ ਦੇ ਨਾਲ ਅੰਕ ਜਿਹੜਾ ਧਾਵੀ ਦੇ ਖਾਤੇ ਦੇ ਵਿੱਚ ਜੁੜ ਚੁੱਕਿਆ ਬਹੁਤ ਹੀ ਸੋਹਣਾ ਅੰਕ ਇਸ ਕਬੱਡੀ ਦੇ ਮੈਦਾਨ ਦੇ ਵਿੱਚ ਕਹਿੰਦੇ ਨੇ ਇਹਨੂੰ ਕਹਿੰਦੇ ਦਲੇਰ ਅੰਕ ਹੈਲੋ ਇੰਦਗਰ ਦੀ ਧਰਤੀ ਦਾ ਬਗੀਚਾ ਜਿੰਨੇ ਵੀ ਜੱਫੇ ਲਾਵੇਗਾ ਹੈਲੋ 70 ਕਿਲੋ ਭਾਰ ਵਰਗ ਦੀਆਂ ਟੀਮਾਂ ਦਾ ਫਾਈਨਲ ਮੈਚ ਇਸ ਮੈਚ ਤੋਂ ਤੁਰੰਤ ਬਾਅਦ ਕਰਾਇਆ ਜਾਣਾ ਜੀ ਦੋਵੇਂ ਟੀਮਾਂ ਪਹੁੰਚ ਜਾਣ ਜੀ ਸੱਤਰ ਕਿਲੋ ਭਾਰ ਵਰਗ ਦੀਆਂ ਦੋਵੇਂ ਟੀਮਾਂ ਰਸੂਲਪੁਰ ਤੇ ਖੁਖਰਾਣਾ ਦੋਵੇਂ ਟੀਮਾਂ ਚੱਲਦੇ ਮੈਚ ਦੌਰਾਨ ਹੀ ਪਹੁੰਚ ਜਾਣ ਜੀ ਉਸ ਤੋਂ ਅਗਲਾ ਜਿਹੜਾ ਮੈਚ ਮੇਰੇ ਲੋ 70 ਕਿਲੋ ਵਰਗ ਦਾ ਫਾਈਨਲ ਮੈਚ ਸੰਤਾਂ ਮਹਾਂਪੁਰਸ਼ਾਂ ਦੀ ਜਿਵੇਂ ਕਹਿੰਦੇ ਨੇ ਹਾਜ਼ਰੀ ਲੱਗ ਚੁੱਕੀ ਹੈ ਉਧਰਲੇ ਪਾਸੇ ਸਾਡੇ ਸਾਨੂੰ ਆਸ਼ੀਰਵਾਦ ਦੇਣ ਦੇ ਲਈ ਪੁੱਜ ਚੁੱਕੇ ਨੇ ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇ ਵਾਲੇ ਵਾਲੇ ਔਰ ਧੰਨਵਾਦ ਕਰਦੇ ਉਹਨਾਂ ਦਾ ਮੈਂ ਬੇਨਤੀ ਕਰਾਂਗਾ ਰਸੂਲਪੁਰ ਤੇ ਮੇਜ਼ਬਾਨ ਪਿੰਡ ਖੁਖਰਾਣ ਪਰ ਇਧਰਲੇ ਪਾਸੇ ਮੇਰੇ ਲੋ ਬਾਬਾ ਨਾਉਜ਼ ਖਿਡਾਰੀ ਦਾ ਜਾਫੀ ਵਧੀਆ ਕਹਿੰਦੇ ਜੇ ਸਰੀਰ ਵਾਲਾ ਮੇਰੇ ਵੀ ਇੱਕ ਪਾਸੇ ਬਾਬਾ ਔਰ ਦੂਜੇ ਪਾਸੇ ਰਵੀ ਝੰਡੇ ਨੇ ਪਸ਼ਮੇ ਦੀ ਧਰਤੀ ਦਾ ਆਹ ਨੌਜਵਾਨ ਉੱਤਮ ਜਫੇ ਦੀ ਗੱਲ ਕੌਣ ਕਰੇਗਾ ਇੱਕ ਪਾਸੇ ਚੋਟੀ ਦੇ ਸਰੀਰ ਵਾਲੇ ਇਸ ਨੌਜਵਾਨ ਨੂੰ ਜਫਾ ਚੋਟੀ ਦੇ ਖਿਡਾਰੀ ਨੇ ਲਾ ਦਿੱਤਾ ਅੰਕਾਂ ਦੇ ਵਿੱਚ ਹੋਰ ਵਾਧੇ ਹੁੰਦੇ ਹੋਏ ਡੋਲੀ ਭਾਈ ਦੇ ਅੰਕਾਂ ਦੇ ਵਿੱਚ ਇੱਕ ਹੋਰ ਵਾਧਾ ਹੋ ਗਿਆ ਹਾਂਜੀ ਮੈਂ ਬੇਨਤੀ ਕਰਦੇ ਹਾਂ ਅਗਲੀਆਂ ਟੀਮਾਂ ਨੂੰ ਕਿ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ ਬੱਲੇ ਬੱਲੇ ਹੋ ਗਈ ਔਰ 21-31 ਇਹ ਤਾਂ ਉਹ ਗੱਲ ਬਣ ਗਈ ਹੈ ਵੀ ਕਾਲੇ ਪਾਣੀ ਉਹ ਮੌੜ ਨੂੰ ਖਤ ਕਿਸ਼ਨੇ ਪਾਇਆ ਬਦਲਾ ਲੈ ਲਈ ਸੋਹਰਿਆਂ ਦੇ ਮਾਂ ਦਾ ਜਾਇਆ ਬਰਾਬਰ ਦੀਆਂ ਭਾਜੀਆਂ ਐਵੇਂ ਨਹੀਂ ਮੁੜਦੀਆਂ ਆਹ ਦੇਖ ਲੈ ਦਰਸ਼ਕ ਮੋਟਰਸਾਈਕਲਾਂ ਦੇ ਉੱਤੇ ਵੀ ਖੜੇ ਹੋ ਕੇ ਦੇਖਦੇ ਨੇ ਵੀ ਆਹ ਜਫਾ ਕਿਹੜੇ ਸਟਾਈਲ ਦੇ ਨਾਲ ਕਿੱਥੋਂ ਜੋ ਲੱਗੇ ਆ ਜਥੇਦਾਰ ਗੁਰਚਰਨ ਸਿੰਘ ਜੀ ਵੱਲੋਂ 100 ਰੁਪਈਆ ਇਸ ਬਗੀਚੇ ਦੇ ਲਈ ਚੱਲ ਨਾਲ ਪਾ ਅਗਲੀ ਕੌਡੀ ਪਾ ਦੇ ਕੌਡੀ ਤੇ ਵਿਖਾ ਦੇ ਯੁਰਤ ਹੈ ਮੂਹਰੇ ਖੜੇ ਸਟਾਪਰ ਲਿਆ ਦੇ ਮੁੜਕਾ ਪੱਬਾ ਭਾਰ ਹੋ ਕੇ ਅੱਜ ਦੇਖਣਗੇ ਦਰਸ਼ਕ ਇਸ ਪੈਂਦੀ ਰੇਡ ਨੂੰ ਖੇਡ ਕਬੱਡੀ ਵਿੱਚ ਮੇਰੇ ਇਸ ਭੇਡ ਨੂੰ ਭੇਡ ਸਾਨਾ ਵਾਲੇ ਹੋਣੇ ਨੇ ਕਬੱਡੀ ਦੇ ਮੈਦਾਨ ਵਿੱਚ ਅੱਜ ਇਧਰਲੇ ਪਾਸੇ ਨਰਿੰਦਰ ਨੰਦੂ ਇੰਦਗੜ ਦੀ ਧਰਤੀ ਦਾ ਜਿਵੇਂ ਕਹਿੰਦੇ ਨੇ ਟੱਕਰ ਹੋ ਗਈ ਸ਼ੇਰਾਂ ਦੀ ਬੱਲੇ 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 ਉਹ ਟੱਕਰ ਹੋ ਗਈ ਸ਼ੇਰਾਂ ਦੀ ਖੜ ਕੇ ਦੇਖੇ ਕੁੱਲ ਜ਼ਮਾਨਾ ਕੱਪ ਉਹੀ ਚੱਕਣਗੇ ਜਿਨ੍ਹਾਂ ਦੇ ਡੌਲਿਆਂ ਤੇ ਪੱਤਾਂ ਦੇ ਵਿੱਚ ਜਾਣਾ ਜਿਨ੍ਹਾਂ ਦੇ ਡੌਲਿਆਂ ਤੇ ਪੱਤਾਂ ਦੇ ਵਿੱਚ ਜਾਣਾ ਮਾਂ ਖੇਡ ਕਬੱਡੀ ਦੇ ਤੂਫਾਨ ਮੇਲ ਕਬੱਡੀ ਪਾਉਣ ਦੇ ਲਈ ਉਤਾਵਲੇ ਨੇ ਚੱਲ ਨੌਜਵਾਨ ਸੁਖਵਿੰਦਰ ਸਿੰਘ ਘਗੜੇ ਆ ਪਾ ਦੇ ਕੌਡੀਆਂ ਮੇਲਾ ਲੁੱਟ ਲੈ ਨੌਜਵਾਨਾਂ ਭਾਵੇਂ ਕੱਦ ਤੇਰਾ ਮੱਛੀ ਮੋਟਰ ਜਿੱਡਾ ਪਰ ਕੰਮ ਅੱਜ ਹੱਥ ਦੇ ਟਾਵਰ ਵਾਂਗੂ ਕਰਦਾ ਔਰ ਇਹ ਹੈ ਸੁਖਵਿੰਦਰ ਸਿੰਘ ਘਗੜਾ ਬੱਡੂਵਾਲ ਦੀ ਧਰਤੀ ਬਿਲਕੁਲ ਇੰਦਗੜ ਦੇ ਨਾਲ ਨਗਰ ਇਸ ਨੌਜਵਾਨ ਦਾ ਕਹਿੰਦੇ ਨੇ ਗੁਆਂਢੀ ਪਿੰਡ ਸੱਜਣਾਂ ਦੇ ਨੇ ਅੱਜ ਪਤਾ ਲੱਗ ਜਾਵੇਗਾ ਕਿ ਘਗਣੇ ਦੀ ਕੌਡੀ ਦੇ ਵਿੱਚ ਆਹ ਭਲਵਾਨਾਂ ਦਾ ਏਰੀਆ ਧਰਮਕੋਟ ਦੇ ਇਲਾਕੇ ਦਾ ਘਗਣ ਕਬੱਡੀ ਪਾਉਣ ਦੇ ਲਈ ਮੋਗੇ ਵਾਲਾ ਵਾਧਾ ਹੋਇਆ ਸਾਹਮਣੇ ਮੈਂ ਦੇਖਦਾ ਵੀ ਇੰਦਗੜ ਦੀ ਧਰਤੀ ਦੇ ਇਕਬਾਲ ਸਿੰਘ ਦੇ ਨਾਲੋ ਪਰ ਆਹ ਜਿਹੜਾ ਇੰਦਗੜ ਵਾਲਾ ਬਗੀਚਾ ਮੇਰੇ ਨੂੰ ਤਕੜਾ ਜਾਫੀ ਧਨਾੜ ਜਾਫੀ ਮਾਂ ਖੇਡ ਕਬੱਡੀ ਦਾ ਸਟਾਰ ਜਾਫੀ ਇੱਕ ਪਾਸੇ ਅਮਰੂ ਵਰਗਿਆਂ ਦੇ ਨਾਲ ਮਿਲ ਕੇ ਜੋੜੀਆਂ ਬਣਾ ਕੇ ਜਗ੍ਹਾ ਦੇ ਵਿੱਚ ਨਾਮ ਨੇ ਖੱਟੇ ਗੁਰਚਰਨ ਸਿੰਘ ਵੱਲੋਂ ਫਿਰ 100 ਰੁਪਈਆ ਵਪਾਰੀ ਵੱਲੋਂ ਇਸ ਨੌਜਵਾਨ ਦੇ ਲਈ ਇੰਦਗੜ ਦੀ ਧਰਤੀ ਦੇ ਬਗੀਚੇ ਦੇ ਲਈ ਚੱਲ ਨੌਜਵਾਨ ਪਾ ਅਗਲੀ ਕੌਡੀ ਆ ਕਿ ਅਮਰੂ ਬਗੀਚਾ ਜਾਫੀ ਕਹਿ ਰਹੇ ਜੇ ਸ਼੍ਰੀ ਦਾ ਸ਼ਿਕੰਦਰ ਦੇ ਲਈ ਸੋਰੀ ਸ਼ਿਕੰਦਰ ਦੇ ਲਈ ਔਰ ਉਧਰਲੇ ਪਾਸੇ ਚੱਲ ਨੌਜਵਾਨ ਪਾ ਕੌਡੀਆਂ ਨੰਦੂ ਨਾਓ
अमरु बगीचा जाफी कह रहे थे शरीर ने करते ने बार जो कमानो छोटे तीर ने और इधर ने पासे है पासे हट देख बिल्लिया कबड्डी पैंदी तू खेड कबड्डी अज कि एक दूजे के नाल जिमें कहते भी जान खेंदी तू जान खे चुकी है इधरले पासे इंदगढ़ वाला नरिंदर दूसरे पासे मैं देखना कि नौजवान बहुत ही अद्धी चोटी का राज इनकी धरती दे पाल दे वल्लों ये महान जफा होगा जिवें कहिंदे ने टर्निंग पॉइंट साबित हो जावेंगे ये जफे अंक जाफी का राजन का एक सौ रुपया हैप्पी वल्लों पाल के हिस्से दे विच जुड़ चुके और जिवें कहिंदे ने पब्बा भार हो गए ने दर्शक अज क्योंकि खुकराने का पंजवा खेड मेला अज पूरे जोवन उत्ते है निर्णो संत बाबा बलदेव सिंह जी जोगे वाले विशेष तौर पर पुज चुके ने और जिवें कहिंदे ने हर एक दर्शकों के चेहरे के उत्ते खुमार चढ़ गया खेड कबड्डी का उधरले पासे साडी जिंदगी का परमित्र जिवें कहिंदे ने नरपाल सेखों जी वह भी अज नच टप के कहिंदे ने कबड्डी देख रहे हैं और बेअंत सिंह जी होरी पर आह कबड्डी पैंदी है तो किस दी गगनदीप सिंह गगना अंक अपनी टीम के लिए जोड़ता हुआ चल नौजवान के चंगा पला सीगा मुंडा खेड दा ते मल दा मेरे ना बुलाया जेड़ा बोले ना फिर कल दा जिदे नैना ने उड़ातियां धजियां जी कौड़ी खेड दे नूं नजरां क्यों लगियां जी कौड़ी खेड दे नूं नजरां क्यों लगियां जी राजन दी धरती दे पाल दे मैं तुहानूं पहले ही दस्सिया सी कि मैं जिवें कहिंदे ने भी जफे मैच दे टर्निंग पॉइंट साबित हो जाणगे और जिवें कहिंदे ने भी आए जे जफे खाला जी दा वाड़ा नहीं बल्ले बल्ले आ मेरी सा क्या बात ने इनू कहते अंक दम दे नाल लेना पूरे दम दे नाल पूरे मेरे आत्मविश्वास दे नाल अंक ऊधम सिंह जी कलकत्ते वाले वालों गगने के लिए एक सौ रुपया और लक्ष्मण घाली जे माया के गफे फड़ा दो गगने जिमें कहते ने बडूवाल वाले दे एक सौ रुपया ऊधम सिंह जी कलकत्ते वाले उन्होंने वालों पूछ चुके हैं और उधरले पासे आ नौजनो जिमें कहते ने सुखविंदर सिंह गगना घकना सुखविंदर सिंह घकना बडूवाल की धरती का कौडी पाउन के लिए मैदान के वाधा होया चल नौजवान पा कौडिया तो लुट ला नजारे अज मेला लुटन वाली गल करेगा छूटक वाले कोनिया पासे हो जा क्योंकि आ विरोधिया के खेमे के कहते ने खमोशी साबित कर गए अंक जरा धावी का बल्ले बल्ले हो गई है अंक जरा रेडर का मेरे बहुत ही सोहने पॉइंटा की गल करता होया और अगली कबड्डी पावेगा नरेंद्र चल नौजवान पा दे कौडिया मेले लुटन वाली गल कर लै पापा भार हो गए ने दर्शक मार दो दर्शको तारियां जे कबड्डी के मुकाबले चंगे लगते ने और उधरले पासे मेरा ख्याल है भी दर्शक महाखेड कबड्डी के मैच के एने को विघ है कहते ने खुब चुके ने कि पासे दियां कुछ गल्लां नहीं सुन दियां पर कबड्डी का मैच तकड़ा है मुकाबले की गल करिए नरेंद्र कुमार एक पासे नरेंद्र नरेंद्र के नाल मुकाबला जिवें कहते ने रिंपे का हो गया एक रिंपा राज की धरती का एक आ रिंपा अंक लैके मेरे अपने टीम के हिस्से नहीं गया अंक जो नरेंद्र के खाते दे गया है बहुत ही तगड़े मुकाबले अगली कबड्डी गगनदीप डोली भाई की धरती का सो छेवें गुरां की चरण छो प्राप्त धरती डोली भाई की डोली भाई की धरती का गगनदीप सिंह गगना कबड्डी पाने के लिए मैदान के वाधा हो गुरुआ सानू दिता है वरदान कबड्डी का पूजन योग होंदा है स्थान कबड्डी का हर एक मन की इच्छा होंगी कि वड्डा होके पुत बने मेरा वह भी कप्तान कबड्डी का वह भी कप्तान कबड्डी का एदा नाओ सिकंदर सिंह उत्तम जफा लाउंदा होया मिरलो जिवें कहिंदे ने इंदगढ़ दे वल्लों सिकंदर सिंह उत्तम जफा ला के अंक अपनी टीम दे लई जोड़ चुके हैं चल नौजवान पा कौडी अगली कबड्डी पाउन तो पहला रवि ने की सोचा होगा कि किस खिडारी दे जिहड़ा टच मारा तो सुखाला भज जावां कहिंदे ने माल खेड कबड्डी के मैदान के भजना सौखा नहीं हुंदा और जिवें कहिंदे ने भी आ देख लै जे तू सोचा सी भी टच मारांगा इहने पहला सोच लिया सी कि तेरे पट्टां नूं मैं भज के घोलीए इहदे गेले वांग ऐन ढुड मार के तैनूं रखण की कोशिश करांगा पर चतुर चुलाक दिल जानी सो दे के पच्चीआं रुपईआं वाली गानी सो रातां दी मेरी नींद लै गया इह लखां दा अंक लै गया रवि नौजवान अंक जिहड़ा रवि दे खाते दे विच जुड़दा होया हांजी खुखराणा ना तो खुखराणा पहुंचे तो ना ही रसूलपुर पहुंची है दोवे टीमों नूं दस्सो की करिए हाँ जी दोवे टीमां सक्रैच भी नहीं कर सकते क्योंकि फाइनल है ठीक है जी ये टीमां जिहड़ियां कट दित्तियां गईआं ने तुहाडे नाम गुरुद्वारे रख देंगे क्या बातां ने खुखराणे खुखराणा ते रसूलपुर दीआं टीमां सत्तर किलो वर्ग दे फाइनल दीआं ग्राउंड च नहीं पहुंचीआं इस करके दोवे टीमां जिहड़ियां काटा मार दिता गया और जिहड़ा इनाम गुरुद्वारे रख देंगे आ जा
हाँ जी पहुंचन जी दोवें टीम जल्दी कोई गल नहीं बाबे पहुंच गई क्या बात ने सो बाबे कहते ने फिर आने एक करी होर बोल पर कहते ने भी समझदार इशारा ही काफी होंगे रसूलपुर का मुकाबला जो खुखराने का होगा दोवे टीम सत्तर किलो वर्ग के फाइनल ग्राउंड पहुंच जाए भाई वाह एक पासे कैंचियां मारदा बिंगियां टेढ़ियां तू वो तेरियां धौलां ने मैनू खुआर किया ऐसी मारी पतंदरा हथ छदवी मेरा कछा भी टोटे चार किया अंक धावी का रेडर का बहुत ही सोहना अंक मेरे उस खिलाड़ी के हिस्से होर जुड़ता हो चल भी ना योजना उधरले पासे जो मुकाबला होगा अगला वो होगा रसूलपुर से जिम्मे कहते भी खुखराने का सत्तर किलो वर्ग का फाइनल और नाल दी नाल रसूलपुर से तलवंडी भाई का और लंडे बाई दे विच माणू के बाई दे विच ते माला खुरद भी जिहड़े बाई दे विच रसूलपुर ते तलवंडी भाई का ओपन वर्ग का यह मैच होगा हाँ जी इंटरनेशनल कबड्डी खिडारी कालू रसूलपुर ग्राउंड दे विच पहुंच चुके हैं जी हाँ जी रसूलपुर के जेड़े जाफी ग्राउंड आ चुके हैं वो कहते पहला सी ओपन का मैच ला के बाद जेड़ा सत्तर का मैच खेल रहे कुछ समा जरूर दिता जाए खिडारी आ गए बाहरले व्यक्ति आ जेड़े टी शर्टा के जाते इन्हों बिठा दो जे नहीं तो यह बाहर कढ़ो इधरले पासे कहिंदे ने सियाने जफा माड़ा ने ना वह जटना रौला लोगो बट मने ना बुरा विछोड़ा चमकीले भाई का सज्जना के नाल धोखा नहीं कमाई का ऐसे तरह की गल कर गया रिंपा अंक जिहड़ा धावी के हिस्से जाता हो बहुत ही सोहना अंक इस बब्बे के हिस्से जुड़ चुके हैं और अगली कबड्डी गगन मैच के लिए वाधा हो डरोली भाई पिंड गगन सिंह नाओ बई खेड कबड्डी वक्री जी थां बई गगन सिंह नाओ डरोली भाई की धरती का और अंक कि हिस्से जाएगा बल्ले बल्ले होगी आ देख लै इंदगढ़ पिंड वाला बगीचा सिंह बढ़ा हुआ जफा लाने की पूरी कोशिश साधु सिंह डीपी मेरे भावे कहते ने भी पत्तो हीरे सिंह की धरती दे उस जाबाज डीपी दुनिया के विश्व प्रसिद्ध खिडारी पैदा करना मान महसूस होया और उसे डीपी पत्तो वाले का साधु सिंह का चेला कह लिए इंदगढ़ की धरती का बगीचा उत्तम जफा ला के अंक अपनी टीम के लिए जोड़ता हो रसूलपुर के जेडे जाफी पुज गए ने और नाल एक मैच जेड़ा होगा रसूलपुर ते तलवंडी रसूलपुर ते तलवंडी भाई दा और दोवे टीम जेड़िया ओपन दिया पहुंच गए ने खुखराने की सत्तर किलो वर्ग की टीम जेड़ी ग्राउंड पुज जाए खुखराने की टीम जेड़ी सत्तर किलो वर्ग की टीम वह ग्राउंड के फाइनल मुकाबले पुज जाए क्योंकि रसूलपुर ते तलवंडी भाई तो तुरंत बाद फाइनल मुकाबला होगा खुखराने का रसूलपुर के नाल लाला तलवंडी वाला दुनिया का प्रसिद्ध मेरे वीडियो जाफी कदे खंड मिल जीरा दे लई और कदे अज साडे सत्कार दे योग अंकल जी इत्थे पुजे ने मां खेड कबड्डी दे भी तनाड़ जाफी ने और धन्नवाद करांगा इत्थे पुजन ते इस इलाके की जिंद जान कह लिए इस इलाके की कबड्डी की शान कह लिए साडे बहुत ही सत्कार दे योग लाल सिंह जी लाला तलवंडी भाई वाला छे तौर पर अंकल जी पुजे ने बड़ा धन्नवाद है पर इधर क्या बात आने भावे कद छोटा रूपा ना इस जाफी का बल्ले बल्ले आ नहीं रीसा उखड़ते ने पैर बज दियां तौला अंक जिहड़ा सुखविंदर ने खातर कखने के खातर जुड़ता होया तोड़ जदों उड जांदी कह के हिरीरा नाल बई खेड कबड्डी दे विच अज एक पासे चलिया पाल पाल दे बिल्कुल जिवें कहिंदे ने मुखड़े वर्गा मुखड़ा माले वाले पाल दे मुखड़े वर्गा मुखड़ा आ रवि जिवें कहिंदे ने कौडी पाउंदा होया बढ़िया वधिया स्टाइल दे नाल बड़े वधिया स्टाइल दे नाल ए चंडिया ने पछमी दी धरती दा असीं गभरू देश पंजाब दे ओ साडी चर्चा विच जहान साडे शौक कबड्डी खेड ने असी सोहे विच मैदान इधरले पासे राजन दी धरती दे पाल दा साथी जिवें कहिंदे ने बबले दे वल्लों ए लगदा होया जफा बल्ले बल्ले हो गई है इश्क दी लम्मी खजूर है
चढ़ गया था पिएगा प्रेम रस और डिग पिया था चकना चूर है डिग पिया था चकना चूर है अल्प जरा तावी का नहीं जाफी का। हेलो अंग्रेज बिल्ला जी भाई जी उरे आयो हां जी ज्ञानी करनैल सिंह जी आ मैनू लगता माइक बदलने वाला हो गया जी ज्ञानी करनैल सिंह शलवी नाजून अगली कौडी पाउण दे लई फिर वधेगा मैदान दे विच गुरुआ सानू देता है वरदान कबड्डी का उच्चा सुचा रुतबा है इस महान कबड्डी का हर एक मां की इच्छा होंगी कि वड्डा होके पुत बने मेरा वह भी कप्तान कबड्डी का सो कदे इहोजियां कहावत किसे इन्हां नाजूनां दे लई बोले जाते हैं मेरे लोग जोर बशर्म होंगे पता नहीं कहले मौके अपनी कहानी रच दे जिमें आ सुखविंदर कगड़े का ज जोर मेरे लोग एक कहानी रच गया अक जरा हिंदगढ़ की धरती के बगीचे तो लैके वापस मुड़वा पे नरिंदर नरिंदर सिंह नंदू कबड्डी पाउण दे लई मैदान दे विच उच्चा लम्मा कद गुरु महाराज की मेहर है गुरु महाराज की बख्शी हुई सिक्खी दे कोल आर जिवें मंडियां वाला गुरमीत या मेरे लोग जिवें कहिंदे ने भी भिंदर धूड़कोट की धरती मोहड़े दा साथी कौडी दी विच वड्डे नावने खड़दा सी सिक्खी सरूप दे विच पर आ नरिंदर भी सिक्खी सरूप दे विच सोहणी कौडी बल्ले बल्ले हो गई अंक की दा अंक जिहड़ा जाफी दा नहीं रेडर दा इह फैसले ने अटल फैसले अटल ने रैफरी ने जो फैसले दे दिते टल ने और अंक जरा वाकई धावी के हिस्से के रैफरी ने दे दिता सो मैं बेनती करांगा ऑफिशियल ऑफिशियलों के दिते हुए फैसले नू सिर मत्थों समझना तुहाडी आ जिहड़े खिडारी विच तुरे फिरदे आ प्लीज बेअंत जिंदर इन्हां नू बिठाओ बीते इन्हां नू बिठाओ एक साइड दे उत्ते बाहरले पासे दायरे दे उत्ते भावें दी बैठ जाण इन्ने जाणे विच ना तुरे फिरो उधरले पासे मेरे रसूलपुर की टीम का मुकाबला जरा तलवंडी भाई दे नाल दोनों टीम पहुंच गई जी तलवंडी भाई भी पहुंच गई रसूलपुर रसूलपुर भी जी ग्राउंड के पुज गई और दुनिया का बहुत ही वधिया सुपरस्टार भाई कालू भी पुज गया मैदान के धन्यवाद करांगे हाँ जी आ जरा मैच खेल रहे ने इस तो तुरंत बाद जे 70 किलो वर्ग का फाइनल ना हो तो असीं खगराने नूं कट देंगे ये साडा नहीं कमेटी का फैसला है आ जरा मैच चल रहा है इस मैच के होंदे होंदे जे खगराने की टीम ग्राउंड च आउंदी है तो ठीक है ते नहीं तो खगराने नूं कट दिता जाएगा यह टूरनामेंट कमेटी के फैसले ने सो खगराने की टीम मैं बेनती करांगा भी जल्द ही जिहड़े ग्राउंड के विच पुज जाण खगराने के प्लेयर सो इस मैच चलते चलते जे खुकराना नहीं आता तो खुकराना कट दिता जाएगा रसूलपुर इस मैच के जेतू समझा जाएगा दो मिनट दिते जाते जी चल भी नाइयो ना पा कौडी उधरले पासे नंदू नरेंद्र सिंह कौडी पाउण दे लई मैदान दे विच वाधा होया सामने मैं देखदा कि एक पासे बबला ते दूजे पासे नंदू बई खेड कबड्डी विच आ अंक धावी दा नंदू दा डाक्टर बेअंत सिंह दसी कि उंगली चक दे इस मैच के इंदगढ़ की टीम जी जेतू है इंदगढ़ और हम दस दे भी अंक किन्ने किन्ने ने मेरे को भज के आ जा नौजवान अंक केड़ी टीम दे किन्ने ने जेड़ी टीम मोगे वाले पासे खेल रही थी इंदगढ़ की वो 15.5 पॉइंट ने 14 पॉइंट ने डोली दे भाई की डोली दे जेड़ी टीम पिंड वाले पासे स्कूल की बिल्डिंग वाले पासे खेल रही थी 1.5 पॉइंट के नाल इंदगढ़ की टीम इस मैच के जेतू है हां जी रसूलपुर की कौडी पैन लगी है जी एक मिनट के खुखराना नहीं आता तो रसूलपुर जेतू लिख लेंगे रसूलपुर जेतू लिख लेंगे 70 किलो वर्ग के
हाँ जी तीजे राउंड दी ओपन टीम दी टाइया कढ़न लगे हाँ जे किसी ने आना तो आ सकता वैसे क्योंकि साढ़े पिंड की टीम नहीं खेड रही असी कोई पार्शियल डिसीजन नहीं लै रहे इत्थे ਬਈ ਦੋਵੇਂ ਟੀਮਾਂ ਜਿਹੜੀਆਂ 70 ਦੀਆਂ ਸਕਰੈਚ ਆ ਉਹ ਗਰਾਊਂਡ 'ਚ ਨਾ ਆਉਣ ਜਿਹੜਾ ਉਹ ਇਨਾਮ ਅਸੀਂ ਗੁਰਦੁਆਰੇ ਰੱਖ ਦੇਣਾ ਤੇ ਮਿਹਰਬਾਨੀ ਕਰਕੇ ਦੋਵੇਂ ਟੀਮਾਂ 70 ਦੀਆਂ ਸਕਰੈਚ ਆਹੋ ਇਹ ਕਮੇਟੀ ਦਾ ਸਖਤ ਫੈਸਲਾ ਹੋਣਾ ਕਿ ਕੋਈ ਪਰੇਸ਼ਾਨ ਨਾ ਕਰੇ ਹੈਲੋ खेड मैदान दे विच बहुत ही वधिया जिहड़ा मैच शुरू हो जा रहा है एक पासे रसूलपुर दी टीम है हरविंदर सिंह कालू भी पुज्जिया आ विशेष तौर पर आप धन्यवाद करांगे एक पासे इकबाल सिंह साडा वीर लंडे कहिंदी धरती दा दूसरे पासे देखदा भी खेड मैदान दे विच बहुत ही वधिया जिहड़ा मैच शुरू हो जा रहा दोनों ही टीमों के विच ते नाल ही अगले मैचों के बारे जानकारी दी जाए खेड मैदान के विच दोनों टीमों बिल्कुल तैयार पुरतैयार ने बहुत ही वधिया आवाज जिहड़ी है साडे गब्बर डीजे साउंड सर्विस उमरी आना पिंड हाँ जी इस तो अगला है राउंड का पहला मैच हाँ जी टाइया निकल चुकी वकीलों वाला वर्सिज माला खुरद दूजा मैच माणूके वर्सिज लंडे तीजा मैच भलूर वर्सिज डगरू तो चौथा मैच इंदगढ़ वर्सिज इस मैच की जेतू
ਉਹਨਾਂ ਦੇ ਨਾਲ ਮੈਚ ਹੋਊਗਾ। ਹਾਂਜੀ ਬਾਈ ਜੀ ओ भाई जी शांति ओ भाई जी कोई भी ग्राउंड दे अंदर ना जावे। ओ भाई जी कोई भी ग्राउंड अंदर ना जावे। ग्राउंड जेड़ा खाली कर दिता जावे प्लीज बेनती है। प्लीज कमेटी वाले ग्राउंड दे विच रहन बाकी वीर बाहर आ जान जी ये बेनती है जी साड़ी बाकी वीर बाहर आ जान कमेटी वाले वीर आपे फैसला कर लेंगे प्लीज बाहर आ जाओ जी। प्लीज जिन्हां दी ड्यूटी नहीं कोई बाहरले पासे आ जाओ आपां मैच शुरू करांगे। मैच शुरू कराया जा सके तांगे बहुत ही सत्कारयोग हो तुसी सारे। रसूलपुर वरसाई तलवंडी भाई ਪੰਜਾਬ ਪੁਲਿਸ ਵੀ ਪੁੱਜੀ ਭਾਜੀ ਇਹਨਾਂ ਨੂੰ ਬਾਹਰਲੇ ਪਾਸੇ ਲੈ ਆਓ ਸਾਰੇ ਸੱਜਣਾਂ ਨੂੰ। ਅੰਗਰੇਜ਼ੀ ਬੜੇ ਪਿਆਰ ਦੇ ਨਾਲ ਤੁਸੀਂ ਪ੍ਰਬੰਧਕ ਹੋ ਸਾਰੇ ਕਿਉਂਕਿ ਸਾਰੇ ਪਿੰਡ ਦਾ ਬਹੁਤ ਵੱਡਾ ਯੋਗਦਾਨ ਹੈ। ਸੋ ਬਾਹਰਲੇ ਪਾਸੇ ਆ ਜਾਓ ਆਪਾਂ ਮੈਚ ਦੇਖੀਏ। ਮਿਹਰਬਾਨੀ ਕਰਕੇ ਜਿਹੜੀ ਟੂਰਨਾਮੈਂਟ ਕਮੇਟੀ ਉਹੀ ਗਰਾਊਂਡ ਦੇ ਵਿੱਚ ਰਵੇ ਵਾਧੂ ਬੰਦੇ ਮਿਹਰਬਾਨੀ ਕਰਕੇ ਬਾਹਰ ਆ ਜਾਣ ਕਿਉਂਕਿ ਉਹ ਸਾਰੇ ਪਿੰਡ ਦੇ ਚੁਣੇ ਹੋਏ ਆ ਉਹ ਆਪੇ ਫੈਸਲਾ ਕਰ ਦੇਣਗੇ। ਮਿਹਰਬਾਨੀ ਕਰਕੇ ਉਹ ਬਾਹਰ ਆ ਜਾਣ ਪਿੰਡ ਦੇ ਸਾਰੇ ਦੇ ਬੰਦੇ ਚੁਣੇ ਆ ਉਹ ਆਪੇ ਫੈਸਲਾ ਕਰ ਦੇਣਗੇ। ਜੋ ਵੀ ਫੈਸਲਾ ਉਹ ਸਾਰਿਆਂ ਨੂੰ ਮਨਜ਼ੂਰ ਹੋਊ। ਮਿਹਰਬਾਨੀ ਕਰਕੇ ਜਿਹੜੇ ਜ਼ਿਆਦਾ ਐਵੇਂ ਬੰਦੇ ਫਿਰਦੇ ਉਹ ਬਾਹਰ ਆ ਜਾਣ ਮਿਹਰਬਾਨੀ ਕਰਕੇ। हेलो यार
हेलो तलवंडी भाई तो रसूलपुर का मैच खेडिया जाना है सो बड़े सत्कार जो हो तो अपना पिंड है सारा अपने आप दे प्रबंध किए ने अपा एक पास होके कोई गल नहीं फैसला ले लांगे ओ भाई जी हां जी बिल्कुल भाजी साइड ते आ जाओ क्योंकि आपां इहो जिहे गल्लां करदे ठीक नहीं लगदे बाहर दर्शक वीर पुजे है किन्ने वधिया खिडारी पुजे ने किन्ने वधिया दर्शक पुजे ने की कहणगे आपां नूं उह किन्ना कु प्यार है इस पिंड दा इही कहणगे इसलिए बेनती है बह जाओ बड़े सत्कार जो हो तुसीं मैच शुरू करा दिओ जी ग्राउंड दे विच रेफरी साहिबान कौर सिंह जी मैच शुरू किया जाए ग्राउंड दे विच नाल ही इस तो अगले मैच दीआं टीमां ध्यान देण वकीलां वाला ते मल्ला खुरद इन्हां टीमां दे दरमियान मैच खेडिया जाना जल्दी तो जल्दी अपनी तैयारी कर लैण टीमां वकीलां वाला बरसे मल्ला खुरद माणू के गिल बरसे लंडे पलूर बरसे डगरो इंदगढ़ तो जेतू नूं मैच खेडना सारिया टीमां ध्यान देण कोई भी सज्जन जिहड़ा ग्राउंड दे विच ना पुजो प्लीज बेनती है भाई जी सारे जाने ग्राउंड तो बाहर आ जाओ प्लीज अगला मैच शुरू कराओ जी बिल्कुल भाजी मैच शुरू हो जा रहा है खेड मैदान दे विच लाओ सबड़े चढ़ते वाले पासे टीम जिहड़ी है रसूलपुर जिले लुधियाने की टीम है ज्योति लुपो वाले ने पहली कबड्डी भजती है खेड मैदान दे विच कि करके यादगुरां नूं रेडर दिंदे ने मत्था टेक जिस जाफी पकड़ बनाई है लागू रेडर की ब्रेक कुर्सियां ते बैठो भाई जी कुर्सियां ते चलो जी उत्थे स्टेज ते चलो महापुरश आ रहे ने बह जाओ आपो अपनी जगह ले लो सारे सज्जन भाई जी आ जाओ स्टेज दे उत्ते बैठो जी महाराज लो सबने खेड मैदान दे विच दर्शक वीर बहुत वधिया प्यार दे नाल इस कबड्डी का लुत्फ ला रहे ने एक पासे बलदेव सिंह राजवान दूसरे पासे बब्बू राजवान शहीदां दी धरती है लो खेड मैदान दे विच बहुत ही तकड़ा मैच खेडिया जा रहा है शीरे ने मत्था टेक दिता है रसूलपुरी है सबने सरदारां दे पिंड दा शीरा राजवान पहली कबड्डी खेड मैदान दे विच पाउण दे लई बच चुकिया एक पासे लाल सिंह ने आप कबड्डी खेडी है सोने कलसी का पिंड है लाओ सबने खेड मैदान दे विच सुख है एक पासे शूशक पिंड दा बिल्कुल शीरे नूं मूहरे होके टक्करदा राजवान है खेड मैदान दे विच हुण आपां देखांगे इस मुकाबले का बहुत ही वधिया जिहड़ा रिजल्ट तुहाडे सामने होवेगा बेनती करांगे अगले मुकाबले दीआं टीमां वकीलां वाला तो मल्ला खुर दीआं टीमां जल्दी तो जल्दी जीते नहीं यार बाहरले पासे लै जाओ दोहां भरावां नूं ना ओ भाई आ बहुत गलत गल है तुहाडे दोहां धिरां वास्ते पहलवान जी प्यार दे नाल कोई गल नहीं जिद नाल मसले बिगड़ जांदे ने प्यार बहुत वड्डी चीज है महापुरश बैठे है की कहणगे आपां नूं देखो जी महापुरश पहुंचे हुए आ इह बहुत ही माड़ा व्यवहार विखा रहे असीं हां जी हां जी महापुरशां नूं असीं बेनती करदे आ कि दोवां धिरां नूं प्लीज टिकाउण जी महापुरश बैठे ने बाबा रेशम सिंह जी महापुरशां नूं नाल लैके दोवां धिरां नूं सैटिस्फाई कराउण जी बेनती आ साडी महापुरशां नूं हथ बन के कि उह दोवां धिरां नूं शांत कराउण मैच शुरू कर दिओ जी ग्राउंड तों बाहरले पासे जो जी प्रबंधकां नूं बेनती है तुसीं अपने मित्रां नूं बाहरले पासे कर लो आपो अपनी जगह लै लो वीर इहो जिहियां गल्लां वधिया शोभा नहीं दिंदियां पिंड बड़ा वधिया है महापुरशां दा नगर होवे
प्यार तो वड्डी कोई चीज नहीं होंदी दुनिया दे विच। लाओ सामने लोपो पिंड वाले गभरू ने कबड्डी पा दित्ती है कि बोरियां नचोड़ियां ते बट बड़ा चढ़िया कारनी चो दुध पीता मलाई सड़े कड़िया दुखा नू सह सह के आ गई है सुख दी वारी डालरा ते पौंडा विच खेड़ दे कौड़ी दे कारी वकीला वाले लो मत्था टेक के परले पासे मनदीप सिंह नौजवाना चलिया जा लाओ सबने कबड्डी खेड़ मैदान दे विच है बोच बोच के पब रख दिते है और दूसरे पासे देखना है बहुत ही सोहना मुकाबला खेडिया जा रहा है। मुंडे ने उंगल खड़ी की है कि जितते निशान सदा लाए जाते झंडे नाल पहला बार कलमा दा दूजा बार खंडे नाल अवतार ब्राड लंगिया ना वह भी नेट दे नाल जुड़िया होया लाओ शीरे दी पाई हुई कबड्डी एक पासे गगन है एक पासे रमन है विचकार धीरा ते सुखा मेरे वीरो शूशक पिंड दे खड़े दिखाई दे रहे ने हुण आपां समें दे नाल चलना है और दूसरे पासे आलम आलिया सच्ची बोली बोलिया है कि पॉइंट इस वक्त इस राजवा ने रसूलपुरिए ने अपनी टीम के हिस्से दे विच जोड़ दिता चल भी राजवा पा कबड्डी गुरतेज सिंह जी धालीवाल साहब रसूलपुर की पूरी टीम के लिए 500 रुपए का मान भेजते ने सच्चे पातशाह चढ़ती कला दे विच रखे। हेलो कली वाला वीर जी इधरले पासे आ गए कली पावे जी बलविंदर सिंह जी रसूलपुर वाले पुजे ने 500 रुपया रसूलपुर की टीम के लिए मान सम्मान भेजते हैं हरविंदर सिंह माया के गफे लैजो फड़ के अपो अपने लाओ सामने कबड्डी ज्योति ने पाई है गगन पुत कोई वधिया जिहा जफ्फा नहीं लाया नौजवाना जद मोटरसाइकिल जितया ते दो जफ्फे लाए सराना वाले सुखबीर नू टीमा वाली दे कबड्डी कप ते वह भी टाइम याद कर रहा सुखा परमजीत सिंह का पुत पिछे भजदा हरजी पासे नहीं रीसा बहुत ही तकड़ा मैच हरदयाल सिंह मत्था टेक के पुत परले पासे जो माले खुरदी टीम भी जल्दी तो जल्दी ग्राउंड दे पहुंच जाए लाओ सामने पाई हुई कबड्डी है और हुण चार जाफिया दे विचो वेखांगे फरीद कोटिया नहीं मनदा ध्यान दे नाल कोई गल नहीं कालिया बड़े प्यार दी कबड्डी खेडी जा रही है खेड मैदान दे विच हरविंदर सिंह कालू दुनिया का मस्त बौला खिलाड़ी है वह भी अपनी टीम दे नाल नाल पूजिया होया एक पासे सुखे ने आ मत्था टेकिया आओ बलविंदर सिंह सरां दी खेड आओ देखांगे बखरी जी होवेगी खेड मैदान दे विच लाओ सामने पाई हुई कबड्डी है कि पैंदियां कबड्डियां ने चढ़ चढ़ के देखदे पंजाबी सारे खड़ खड़ के हुण देखांगे सामने गभरू ज्योति दी पाई हुई कबड्डी है दूसरे पासे चार जाफी जिथे तलवंडी भाई संदा दे नाल मशहूर है उथे आ गगन है जे हिक विच बल होवे लोकी ता पुछदे सरनावा वी हरजीत बराड़ जिहे बिरले पुत जपदियां मावा एक पासे दयालपुरे दे देव ने फैसला कीता है दूसरे पासे फरीदकोटिया कौर सिंह फैसले कर गया ते दीने दी धरती दा सामने सुखदेव एक पासे लाइनमैन दीआं ड्यूटियां दे रहे ने लाओ सामने हरबंस सिंह चूशक पिंड वाले दे पुत दी पाई हुई कबड्डी है कि चढ़दी जवानी दा दी मान करीदा सप्पां दीआं सिरियां ते भी पैर धरीदा कि हुंदे ने बगाने पुत परे ते परे साडे लई दिल विच रखी ना भुलेखा कि खोर दित्ते इत्थे असीं खरे तो खरे बह जाओ मेरे वीर जिहड़े स्पेयर ने इक पासे होके क्योंकि मैच बहुत ही तकड़ा खेडिया जा रहा दोहां टीमां दे विच कि डांग उत्ते डेरा जटदा इस गल का झूठ ना जाने आ कुंडिया दे सिंह फस गए और पेश हुण नित्रू बड़े वेखाने दूसरे पासे कि हथ घुट के फड़ लै दे अजे साडी आने मैं सुनिया मेले चो भी छुड़ गए कई रूहां दे हाने कबड्डी बब्बू ने पाई है एक ऐसे पिंड दा खिडारी है बब्बू और एक आ बब्बू सामने कबड्डी पाउण दे लई वध चुकिया हुण चार जाफियां दे विचो सामने देखना भी मूहरे अड़ के हौसला करके कौन है नौजवान जिहड़ा इस शीरे नूं जफ्फा लावेगा लाओ सामने लुधियाने वाला नौजवान फिर अगली कबड्डी आउंदा होया
बह जाओ मेरे भीर जेडे स्पेयर आ गए ने चाहे वह 70 किलो वजन वाले ने चाहे कबड्डी ओपन के खिलाड़ी ने मान लो पिंड की टीम को बेनती करांगा वह भी अपनी तैयारी के रहन हजारां की तादाद दर्शक भीर पुजे हुए ने लाओ सामने देखांगे कि 10,000 बंदा बैठा आसे पासे झाकदा हुण पता लगू सुखे पुत खाधी हुई खुराक का एक पासे परमजीत सिंह का पुत मूड़े खड़ गया ताड़िया मार दे दो खिलाड़ियों के लिए मैच बहुत तकड़ा खेडिया जा रहा लल्लिया वाले बलदेव सिंह ने जवानी के पैर दुनिया उंगलों से नचाई है वह भी विशेष तौर पर पुजे ने अपना धन्यवाद करांगे इत्थे पुजन ते सारे आए हुए दर्शक वीर का लै भी भलवाना हुण पता लगना वाओ गभरुआ कि हिग वाले जोर अगे दुनिया ने आउंदी है आ देख हुण अंग्रेज बिल्लिया रंग मेहनत लियाउंदी है कि हिग वाले जोर अगे दुनिया ने आउंदी है सामने गभरू ज्योति ने फेर कबड्डी पा दिती है कि फर्क दे डौले अज कुछ तक कराउणगे सामने धावियां नूं जाफी तलवंडी वाले जोर नाल ढाउणगे हुणे पता लग जाणा किहड़ा खिडारी है जिहड़ा चैन दे विचों टुट के बढ़ के दो नंबर तो धीरे की कोशिश जिहड़ी नाकामयाब हो गई है पॉइंट ज्योति ने और रसूलपुरियां दे हिस्से दे विच जोर दिता चल भी गभरू आपां कबड्डी छमिया मत्था टेक पुत परले पासे हो जा मैच बहुत वधिया खेडिया जा रहा खेड मैदान दे विच कि लड़ लग के गुरु दे दाप विच सिखड़े पैंदे ने और रहना पैंदा है उन्हां असूलां ते जेडे कोच है कहंदे ने जरूरी है खिडारी दे लई निम्रता ते प्यार मित्रो इन्ना बनना नहीं सौखा हुंदा कबड्डी का स्टार मित्रो यह है इकबाल सिंह काला लंडे क्या दी धरती का दुनिया का प्रसिद्ध जाफी है कबड्डी खेड़दा खेड़दा पक्के तौर ते बस गया कनेडा दे विच लाओ सबने कबड्डी नौजवान ने फेर पाई है कि पट्टा दे नाल पट्टे खेंदे डौलिया नूं हुण हथ नहीं पैंदे मुंडे विच पूरी हैजत जान लोकी उंगला कर कर पुछदे ने आ बुड्ढा कित्थों दा पहलवान लै भी नौजवाना बद हुण सामने शूशक पिंड वाले ने धक्का मार के बाहर कर दिता है दयालपुरिए बठिंडे वाले गभरू ने जिहड़ा फैसला किया इस नौजवान के हक दे विच कि ठाणेदार फैसला तू सोच के करी दिल्ली लौंग का मुकदमा भारी कल 8 तरीक होगी बघेले की धरती से कबड्डियां पै रही 9 तो 10 तरीक चगाना पिंड वाले सदे दे दो ने 10 से 11 तरीक मोसी संधुआ की धरती से कबड्डियां पैनिया ने लाओ एक पासे ए आ इकबाल सिंह काला नहीं रीसा हरजे पासे बिल्कुल गड्डी स्टेशन से आ गई है हुण देखांगे समय की गल हो गई है लाओ पहलवान जी दलजीत सेखो ते लभजीत सेखो जिन्हें इकबाल सिंह काला लंडे के वाला जफे लाउंदा उन्हें 100-100 दे नोट इस पहलवान दे लई है सच्चे पातशाह चढ़दी कला दे विच रखे मेरे पंजाब दे गभरुआं नूं कि ताकत भरदियां दोहे खेडां कौडी ते पहलवाने पहला मार गुरु तो खाड़े कम नहीं कोई आसानी खान खुराक नाल शौक दे आपे बोले जवानी थापी मार के जद आउण अखाड़े ते गुरज पवे सवाने कितनी सौखी ने अमन बराड़ा कौडी ते पहलवाने कितनी सौखी ने लंगे आणियां कौडी ते पहलवाने लाओ खेड मैदान दे विच रसूलपुरिए ने बहुत वड्डी ताकत दा मजारा कर दिता कबड्डी सामने ज्योति पहलवानी है गल विच सुखां दा तवीत है सामने दो बिल्कुल जिहड़े ऑफिशियल ने एक एक पासे अपनियां बिल्कुल वड्डियां जिम्मेवारियां सांभी बैठे ने नौजवान ने निगाह घुमाई है चार जाफी ने बिल्कुल सामने दो नंबर तो कदे एक नंबर तो पर इस गभरू की अख कदे धोखा नहीं खांदी पॉइंट है सख्त तलवंडी भाई दे हिस्से दे विच है चल भी नौजवाना पा कबड्डी खेड मैदान दे विच बब्बू की अगली कबड्डी है
ਬਾਬਾ ਫਰੀਦ ਕਲੱਬ ਐਡਮਿੰਟਨ ਦੇ ਲਈ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਸੁਖ ਢਿੱਲੋਣਾ ਦੀ ਟੀਮ ਦੇ ਲਈ, ਜਲੰਧਰ ਸਿੰਘ ਜੀ ਸਿੱਧੂ ਉਹਨਾਂ ਦੇ ਲਈ, ਮੇਜਰ ਸਿੰਘ ਜੀ ਭਲੂਣ ਉਹਨਾਂ ਦੇ ਲਈ, ਜਗਰਾਜ ਸਿੰਘ ਜੀ ਮਾਲੇ ਉਹਨਾਂ ਦੇ ਲਈ ਬਹੁਤ ਤਕੜੇ ਖੇਡੇ ਨੇ ਆਹ ਖਿਡਾਰੀ ਜੋ ਅੱਜ ਖਖਰਾਣੇ ਦੀ ਧਰਤੀ ਤੇ ਆਪਣੀ ਖੇਡ ਦਾ ਵੱਖਰਾ ਜਿਹਾ ਲੋਹਾ ਬਣਾ ਰਹੇ ਨੇ। ਪੂਰੇ ਪਿੰਡ ਨੂੰ ਖੁਸ਼ੀ ਹੈ ਕਿ ਪੰਜਵੇਂ ਸਾਲ ਦੇ ਵਿੱਚ ਮਹਾਂਪੁਰਸ਼ਾਂ ਦੀ ਰਹਿਨਮਾਈ ਦੇ ਵਿੱਚ ਕਿ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜੋ ਜੋ ਵਾਕ ਹੈ ਮੁੱਖ ਚੋਂ ਨਿਕਲੇ ਉਹ ਵਿਰਥੇ ਨਹੀਂ ਜਾਣੇ। ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਮਹਾਂਪੁਰਸ਼ ਬਲਦੇਵ ਸਿੰਘ ਜੀ ਪੁੱਜੇ ਨੇ, ਨਾਲ ਬਾਬਾ ਰੇਸ਼ਮ ਸਿੰਘ ਜੀ। ਸੋ ਆਪਾਂ ਆਏ ਹੋਏ ਮਹਾਂਪੁਰਸ਼ਾਂ ਦਾ ਇੱਥੇ ਧੰਨਵਾਦ ਕਰਾਂਗੇ। ਲਓ ਅਗਲੀ ਕਬੱਡੀ ਫਿਰ ਤਲਵੰਡੀ ਭਾਈ ਦੇ ਲਈ ਮੋਜਕੀ ਵਾਲਾ ਭਲਵਾਨ ਪਾਉਣ ਦੇ ਲਈ ਤਿਆਰੀ ਕਰਦਾ ਹੋਇਆ। ਚੱਲ ਵੀ ਇਕਬਾਲ ਸਿਆ, 200 ਰੁਪਇਆ ਤੇਰੇ ਜੱਫੇ ਦੇ ਉੱਤੇ ਸੇਖੋ ਪਰਿਵਾਰ ਨੇ ਲਾ ਦਿੱਤਾ। ਇੱਕ ਪਾਸੇ ਸਾਹਮਣੇ ਬਲਦੇਵ ਸਿੰਘ ਹੈ, ਪਾਈ ਹੋਈ ਕਬੱਡੀ ਹੈ, ਨੌਜਵਾਨ ਨੇ ਬਿਲਕੁਲ ਝੁੱਕ ਕੇ ਕਬੱਡੀ ਪਾਈ ਹੈ, ਤੇ ਦੂਜੇ ਪਾਸੇ ਇਹ ਸਮੇਂ ਨੂੰ ਮੰਨਣਾ ਪੈਣਾ, ਨਹੀਂ ਰੈਫਰੀ ਦਾ ਫੈਸਲਾ ਅਟਲ ਹੋਵੇਗਾ। ਗੁੱਡ ਜੱਜਮੈਂਟ ਹੈ ਕੌਰ ਸਿੰਘ ਦੀ, ਆ ਪੁੱਤ ਕੋਈ ਗੱਲ ਨਹੀਂ, ਅਗਲੀ ਕਬੱਡੀ ਫੇਰ ਪਾਵਾਂਗੇ। ਚੱਲ ਵੀ ਨੌਜਵਾਨਾ ਪਾ ਕਬੱਡੀ, ਮੈਚ ਬਹੁਤ ਹੀ ਤਕੜਾ ਖੇਡਿਆ ਜਾ ਰਿਹਾ। ਗਗਨ ਪੁੱਤ ਤਿਆਰੀ ਫੜਨਾ ਜਾਂ ਫਿਰ ਰਮਨ ਨੂੰ ਕਹਿ ਦੋ ਲਓ ਸਭ ਨੇ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ। ਸ਼ਾਮ ਦੇ ਸੁਨਹਿਰੀ ਜੇ ਪਲ ਨੇ, ਕੋਈ ਕੋਠਿਆਂ ਤੇ ਖੜਾ, ਕੋਈ ਸਾਹਮਣੇ ਦੇਖਦੇ ਵੀ ਕੁਰਸੀਆਂ ਦੇ ਉੱਤੇ ਬੈਠ ਕੇ ਆਨੰਦ ਲੈ ਰਿਹਾ। ਲਓ ਸਭ ਨੇ ਪਾਈ ਹੋਈ ਕਬੱਡੀ ਦੂਸਰੇ ਪਾਸੇ ਫੇਰ, ਹਾਂ ਚੱਪਾ 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 ਚਰਖਾ ਚੱਲਣ ਵਾਲੀ ਗੱਲ ਖੇਡ ਮੈਦਾਨ ਦੇ ਵਿੱਚ ਹੈ। ਠੀਕ ਹੈ ਜੀ, ਨਾਲ ਹੀ ਆਪਾਂ ਟੂਰਨਾਮੈਂਟ ਕਮੇਟੀ ਵੱਲੋਂ, ਪੂਰੇ ਪਿੰਡ ਵੱਲੋਂ, ਗ੍ਰਾਮ ਪੰਚਾਇਤ ਵੱਲੋਂ ਆਏ ਹੋਏ ਰਿਸ਼ੀਆਂ ਦਾ, ਮਹਾਂਪੁਰਸ਼ਾਂ ਦਾ ਵੀ ਵਿਸ਼ੇਸ਼ ਸਨਮਾਨ ਕਰਾਂਗੇ। ਉੱਥੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਇੰਟਰਨੈਸ਼ਨਲ ਪਲੇਅਰ ਨੇ ਸਾਡੇ ਇੰਦਗੜ ਦੀ ਧਰਤੀ ਦਾ ਬਗੀਚਾ ਰਸੂਲਪੁਰ ਦੇ ਹਰਵਿੰਦਰ ਸਿੰਘ ਕਾਲੂ ਦਾ ਵਿਸ਼ੇਸ਼ ਸਨਮਾਨ ਹੈ। ਤਲਵੰਡੀ ਭਾਈ ਦੇ ਲਾਲ ਸਿੰਘ ਦੇ ਪੁੱਤ ਦਾ ਵਿਸ਼ੇਸ਼ ਸਨਮਾਨ ਰਮਣੇ ਦਾ ਕੀਤਾ ਜਾਣਾ ਹੈ। ਮਾਨੂਕੇ ਗਿੱਲ ਦੇ ਭੀਮ ਨੂੰ ਵਿਸ਼ੇਸ਼ ਮਾਨ ਸਨਮਾਨ ਦਿੱਤਾ ਜਾਣਾ ਹੈ। ਮਾਨੂਕੇ ਦੇ ਮਨਪ੍ਰੀਤ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਵਕੀਲਾਂ ਵਾਲੇ ਦੀ ਧਰਤੀ ਦੇ ਬਸੰਤ ਪੋਸੀਏ ਦਾ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ। ਹਰਦਾਸੇ ਦੇ ਸੁੱਖੇ ਨੂੰ ਮਾਨ ਸਨਮਾਨ ਦਿੱਤਾ ਜਾਣਾ ਹੈ। ਸ਼ੂਸ਼ਕ ਦੇ ਕੁਲਦੀਪ ਸਿੰਘ ਬਾਬੇ ਦਾ ਵਿਸ਼ੇਸ਼ ਸਨਮਾਨ ਆਪਾਂ ਕਰਾਂਗੇ। ਪੂਰੇ ਪਿੰਡ ਵੱਲੋਂ ਖੁਸ਼ੀ ਮਹਿਸੂਸ ਹੋਵੇਗੀ। ਔਰ ਦੂਸਰੇ ਪਾਸੇ ਸ਼ੀਰਾ ਪੁਆਇੰਟ ਲੈ ਕੇ ਵਾਪਸ ਮੁੜਦਾ ਹੋਇਆ, ਚੱਲ ਵੀ ਨੌਜਵਾਨਾਂ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ। ਜਿਹੜੇ ਪਿੱਛੇ ਦਰਸ਼ਕ ਆ ਵੀਰੇ, ਇਹਨਾਂ ਨੂੰ ਬਹੁਤ ਜਿਹੜਾ ਫੀਲ ਹੋ ਰਿਹਾ ਹੈ। ਜਿਹੜੇ ਸਿਆਣੇ ਖਿਡਾਰੀ ਤੁਰੇ ਫਿਰਦੇ ਆ, ਬਹਿ ਜਾਓ ਪੁੱਤ ਯਾਰ, ਵੀਰ ਬਹਿ ਜਾਓ, ਬਹੁਤ ਹੀ ਸਿਆਣੇ ਖਿਡਾਰੀ ਹੋ ਤੁਸੀਂ, ਸੱਚੇ ਪਾਤਸ਼ਾਹ ਮਿਹਰ ਕਰੇ ਤੁਹਾਡੇ ਤੇ। ਲਓ ਸਭ ਨੇ ਪਾਈ ਹੋਈ ਕਬੱਡੀ, ਹਟ ਜੀ ਨੌਜਵਾਨਾਂ ਪਾਸੇ ਕਿ ਸਾਰੇ ਟੱਬਰ ਨੇ ਬੋਲਤਾ ਧਾਵਾ ਨਹੀਂ, ਇਕੱਲਾ ਕਹਿ ਰਿਹਾ ਜੱਟ ਦੇਖ ਕੇ। ਆ ਜਿਹੜੇ ਬੱਚੇ ਜਾਂ ਮੇਰੇ ਵੀਰ ਨੌਜਵਾਨ ਨੇ ਸਕੂਲ ਦੀ ਇਮਾਰਤ ਤੇ ਬੈਠੇ ਨੇ, ਥੱਲੇ ਆ ਜਾਓ ਪੁੱਤ, ਬਹੁਤ ਧਿਆਣੇ ਹੋ, ਧੰਨਵਾਦ ਤੁਹਾਡਾ, ਬਹੁਤ ਹੀ ਪਿਆਰ ਦੇ ਨਾਲ ਤੁਹਾਨੂੰ ਥੱਲੇ ਸੱਦਿਆ ਜਾ ਰਿਹਾ, ਬਹੁਤ ਬਹੁਤ ਧੰਨਵਾਦ ਹੈ। ਬਿਲਡਿੰਗ ਜਿਹੜੀ ਥੋੜੀ ਜਿਹੀ ਮਾਰੀ ਆ ਕਹਿੰਦੇ, ਹਾਂਜੀ ਡਾਕਟਰ ਸਾਹਿਬ, ਕਿਹੜੀ ਟੀਮ ਕਿੰਨੇ ਪੁਆਇੰਟ ਲੈ ਕੇ ਜੇਤੂ ਹੈ? ਰਸੂਲਪੁਰ ਦੋ ਪੁਆਇੰਟ ਨੇ, ਰਸੂਲਪੁਰ ਦੋ ਪੁਆਇੰਟ ਨੇ, 14.5। ਤਲਵੰਡੀ ਭਾਈ ਦੀ ਟੀਮ ਪੂਰੇ 16 ਪੁਆਇੰਟ ਲੈ ਕੇ ਜਿੱਤੂ। ਇੱਕ ਵਾਰੀ ਤਾੜੀਆਂ ਮਾਰ ਦਿਓ ਦੋਹਾਂ ਟੀਮਾਂ ਦੇ ਲਈ, ਜੇ ਮੈਚ ਵਧੀਆ ਲੱਗਿਆ ਤੇ ਤਾੜੀਆਂ ਮਾਰ ਦਿਓ। ਅਗਲੀਆਂ ਟੀਮਾਂ ਤਿਆਰੀ ਕਰੋ ਜੀ। ਹਾਂਜੀ ਸਾਰੇ ਨਗਰ ਨਿਵਾਸੀ ਪਲੀਜ਼ ਇਸ ਗੱਲ ਵੱਲ ਧਿਆਨ ਦਿਓ, 70 ਕਿਲੋ ਦੀ ਜਿਹੜੀ ਮੈਚ ਦਾ ਰੌਲਾ ਪਿਆ ਸੀ ਆਪਣੇ ਫਾਈਨਲ ਮੈਚ ਦਾ, ਉਹਦੇ ਬਾਰੇ ਮਹਾਂਪੁਰਸ਼ਾਂ ਨੇ ਇੱਕ ਫੈਸਲਾ ਦਿੱਤਾ, ਤੇ ਮੇਰੇ ਖਿਆਲ ਦੇ ਵਿੱਚ ਜੇ ਅਸੀਂ ਮਹਾਂਪੁਰਸ਼ਾਂ ਦੀ ਇੱਜ਼ਤ ਕਰਦੇ ਹਾਂ ਤਾਂ ਉਹ ਫੈਸਲਾ ਸਾਰੇ ਪਿੰਡ ਨੂੰ ਮਨਜ਼ੂਰ ਹੋਣਾ ਚਾਹੀਦਾ। ਤਾਂ ਮਹਾਂਪੁਰਸ਼ਾਂ ਦਾ ਇਹ ਫੈਸਲਾ ਵੀ ਰਸੂਲਪੁਰ ਦੀ ਟੀਮ ਨੂੰ ਪਹਿਲਾ ਇਨਾਮ ਤੇ ਖੁਖਰਾਣੇ ਦੀ ਟੀਮ ਨੂੰ ਦੂਜਾ ਇਨਾਮ ਦੇ ਦਿੱਤਾ ਜਾਵੇ। ਮੇਰੇ ਖਿਆਲ ਦੇ ਵਿੱਚ ਹੁਣ ਕਿਸੇ ਨੂੰ ਕੁਝ ਵੀ ਕਹਿਣ ਵਾਸਤੇ ਬਾਕੀ ਨਹੀਂ ਰਹਿ ਜਾਂਦਾ ਵੀ ਸਾਡੇ ਮਹਾਂਪੁਰਸ਼ਾਂ ਦਾ ਇਹ ਫਰਮਾਨ ਆ। ਸੋ ਪਲੀਜ਼
ਜਿਹੜੀਆਂ ਵੀ ਧਿਰਾਂ ਇਸ ਲੜਾਈ ਦੇ ਵਿੱਚ ਸ਼ਾਮਲ ਸੀ ਉਹ ਇਸ ਗੱਲ ਨੂੰ ਨਾਂ ਲੈ ਕੇ ਜਾਣ ਤਾਂ ਕਿ ਪਿੰਡ ਦੇ ਵਿੱਚ ਭਾਈਚਾਰਾ ਜਿਹੜਾ ਹੈ ਇਸੇ ਤਰ੍ਹਾਂ ਹੀ ਬਣਿਆ ਰਹੇ, ਇਸ ਗੱਲ ਨੂੰ ਅੱਗੇ ਨਾ ਵਧਾਇਆ ਜਾਵੇ। ਸੋ ਇਹ ਮਹਾਂਪੁਰਸ਼ਾਂ ਦਾ ਫਰਮਾਨ ਆ ਤੇ ਆਪਾਂ ਨੂੰ ਇਹ ਮੰਨਣਾ ਚਾਹੀਦਾ ਜੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਤਾਂ। ਠੀਕ ਹੈ ਜੀ, ਜੇ ਸਾਰਿਆਂ ਨੂੰ ਮਨਜ਼ੂਰ ਆ ਤਾਂ ਤਾੜੀ ਮਾਰ ਦਿਓ ਜੀ ਇੱਕ ਵਾਰ। ਬਹੁਤ ਬਹੁਤ ਮਿਹਰਬਾਨੀ ਜੀ। ਹਾਂਜੀ, ਸਾਰੇ ਖਿਡਾਰੀ ਰਸੂਲਪੁਰ ਦੇ ਤੇ ਖੁਖਰਾਣੇ ਦੀ ਟੀਮ ਦੇ 70 ਕਿਲੋ ਦੇ ਉਹ ਭਾਈ ਗਰਾਊਂਡ ਦੇ ਵਿੱਚ ਆ ਜਾਣ, ਮਹਾਂਪੁਰਸ਼ ਉਹਨਾਂ ਨੂੰ ਇਨਾਮ ਦੇਣਗੇ। ਬਈ ਖਗਰਾਣੇ ਦੀ ਟੀਮ ਆਪਦਾ ਨਾਮ ਲੈ ਕੇ ਜਾਵੇ, ਗਰਾਊਂਡ 'ਚ ਹੀ ਰਵੇ। ਖਗਰਾਣੇ ਦੀ ਟੀਮ, ਬਾਬਾ ਜੀ ਨੇ ਨਾਮ ਦੇਣਾ ਉੱਥੇ ਸਟੇਜ, ਬਾਬਾ ਜੀ ਨੇ ਇਨਾਮ ਦੇਣਾ। ਸੋ ਬਾਬਾ ਜੀ ਦੀ ਇੱਜ਼ਤ ਨੂੰ ਧਿਆਨ ਵਿੱਚ ਰੱਖਦੇ ਹੋਏ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਆਉਣ ਜੀ। ਹਾਂਜੀ, ਇੱਧਰ ਬਾਬਾ ਜੀ ਸਨਮਾਨਿਤ ਕਰ ਰਹੇ ਨੇ ਕਾਲੂ ਰਸੂਲਪੁਰੀਆ ਨੂੰ। ਹਾਂਜੀ, ਆ ਸਟੇਜ ਵਾਲੇ ਪਾਸੇ ਮਹਾਂਪੁਰਸ਼ ਸਨਮਾਨਿਤ ਕਰ ਰਹੇ ਨੇ, ਉਹਨਾਂ ਦੇ ਨਾਲ ਬਾਬਾ ਰੇਸ਼ਮ ਸਿੰਘ ਜੀ, ਸਾਡੇ ਪਿੰਡ ਦੇ ਪਤਵੰਤੇ ਵੀਰ, ਹਾਂਜੀ ਬਗੀਚਾ ਇੰਦਗੜ ਤੋਂ, ਬਗੀਚਾ ਇੰਦਗੜ ਤੋਂ। ਹਾਂਜੀ ਹਾਂਜੀ, ਦੋਵੇਂ ਟੀਮਾਂ ਆ ਜਾਣ ਜੀ ਰਸੂਲਪੁਰ ਤੇ ਖੁਖਰਾਣਾ। ਪਲੀਜ਼ ਸਾਡੀ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਆਉਣ ਜੀ। ਹਾਂਜੀ, 70 ਕਿਲੋ ਦਾ ਪਹਿਲਾ ਇਨਾਮ ਰਸੂਲਪੁਰ ਦੀ ਟੀਮ ਨੂੰ ਦਿੱਤਾ ਜਾ ਰਿਹਾ ਮਹਾਂਪੁਰਸ਼ਾਂ ਵੱਲੋਂ। ਸੱਤਰ ਕਿਲੋ ਦਾ, ਖੁਖਰਾਣੇ ਦੀ ਟੀਮ ਵੀ ਆਵੇ ਜੀ ਸਾਰੀ। ਹੈਲੋ, ਖੁਖਰਾਣੇ ਦੀ ਟੀਮ ਜੀ, ਬਾਈ ਗੁਰਚਰਨਾ ਉਧਰ ਧਿਆਨ ਦੇ ਕਮੈਂਟਰੀ ਵੱਲ। ਖੁਖਰਾਣੇ ਦੀ ਟੀਮ ਜੀ, ਡਾਕਟਰ ਪੁਆਇੰਟ ਦੱਸ ਦੀ ਕਿੰਨੇ ਰੱਖੇ ਆ। ਹੈਲੋ, ਠੀਕ ਆ ਵੀਰ ਜੀ, ਆਪਾਂ ਮੈਚ ਵੀ ਸ਼ੁਰੂ ਕਰ ਲਿਆ ਤੇ ਨਾਲ ਤੁਸੀਂ ਮੈਚ ਜਿਹੜਾ ਡਾਕਟਰ ਸਾਹਿਬ ਤੁਸੀਂ ਲੈ ਲਓ, ਔਰ ਜਿਨ੍ਹਾਂ ਦੇ ਮਾਣ ਸਨਮਾਨ ਕਰ ਰਹੇ ਨੇ ਮੈਂ ਬੇਨਤੀ ਕਰਾਂਗਾ ਭਲੂ ਤੇ ਨਗਰੂ ਗਰਾਊਂਡ ਦੇ ਵਿੱਚ ਆ ਜਾਣ। ਇਹਨਾਂ ਦੇ ਜਿਹੜੇ ਪੁਆਇੰਟ ਰੱਖਣੇ 16.5-17 ਠੀਕ ਆ ਜੀ, 12.5 ਜਾਂ 13 ਤੇ ਜੇਤਾ ਰੋੜੀ ਹੈ ਫਲੂਰ ਤੇ ਡਗਰੂ, ਜਲਦੀ ਗਰਾਊਂਡ ਦੇ ਵਿੱਚ ਆ ਜਾਣ ਫਲੂਰ ਵਰਸੇ ਡਗਰੂ। ਲਓ ਮਾਲੇ ਦੀ ਟੀਮ ਜਿਹੜੀ ਹੈ ਚੜ੍ਹਦੇ ਵਾਲੇ ਪਾਸੇ ਖੇਡ ਰਹੀ ਹੈ, ਔਰ ਲਹਿੰਦੇ ਵਾਲੇ ਪਾਸੇ ਵਕੀਲਾਂ ਵਾਲਾ ਪਿੰਡ ਹੈ। ਮਹਿੰਦਰ ਸਿੰਘ ਜੀ ਬੋਪਾ ਰਾਏ ਸਾਹਿਬ ਆਪਣੇ ਮਿੱਤਰਾਂ ਨਾਲ ਪੁੱਜੇ, ਆਪਾਂ ਉਹਨਾਂ ਦਾ ਵੀ ਧੰਨਵਾਦ ਕਰਾਂਗੇ। ਹੈਲੋ, ਬਗੀਚਾ ਇੰਦਗੜ ਤੋਂ ਜੀ, ਬਗੀਚਾ ਇੰਦਗੜ ਤੋਂ, ਬਗੀਚਾ ਇੰਦਗੜ ਤੋਂ ਰਮਣਾ ਤਲਵੰਡੀ ਭਾਈ, ਭੀਮ ਮਾਣੂਕੇ, ਮਨਪ੍ਰੀਤ ਮਾਣੂਕੇ, ਬਸੰਤ ਵਕੀਲਾਂ ਵਾਲਾ, ਸੌਖਾ ਹਰਦਾਸਾ, ਬਾਬਾ ਸ਼ੂਸ਼ਕ, ਇਹ ਖਿਡਾਰੀ ਸਾਡੇ ਕੋਲ ਪਹੁੰਚ ਜਾਣ ਜੀ। ਮਹਾਂਪੁਰਸ਼ਾਂ ਨੇ ਇਹਨਾਂ ਨੂੰ ਸਨਮਾਨ ਚੰਨ ਦੇਣੇ ਆ ਜੀ। ਬੱਬੂ ਡਗਰੂ, ਹਾਂਜੀ